ਉਹਨਾਂ ਲੋਕਾਂ ਦਾ ਵਿਹਾਰ ਸੀਗਾ ਜਾਂ ਵਿਆਹ ਸ਼ਾਦੀ 'ਤੇ ਲੈਣਾ ਅਤੇ ਜਾਂ ਕਿਸੇ ਨੇਦਨ ਸਾਹਿਬ 'ਤੇ ਲੈਣਾ ਹਾਂਜੀ ਸ਼ਾਬਾਸ਼ ਉੱਥੇ ਉਹਨੇ ਆਪੇ ਉਹ ਗੁੱਸਾ ਕੱਢਣਾ ਡਾਂਗਾ ਮਾਰਨੀਆਂ ਡਾਂਗਾ ਮਾਰਨੀਆਂ ਤਲਵਾਰਾਂ ਕੱਢ ਕੇ ਮਗਰ ਦੌੜੇ ਹੋਣਾ ਯਾਨੀ ਫੌਜ ਦਾ ਬੰਦਾ ਲਿਆਂਦਾ ਮਿਸਤਰੀ ਦਾ ਮੰਗਵਾਇਆ ਅਸੀਂ ਮੰਗਵਾ ਕੇ ਅਨੇਕ ਅਸੀਂ ਹੁਣ ਬਾਹਰ ਜਾਣਾ ਅਤੇ ਇਹਨਾਂ ਦੋਗਾਂ ਦਾ ਸਾਨੂੰ ਅਤਬਾਰ ਨਹੀਂ ਕੋਈ ਵੀ ਇਹਨਾਂ ਦੀਆਂ ਨਜ਼ਰਾਂ ਬਦਲ ਗਈਆਂ ਸ਼ਾਇਦ ਕਿਸੇ ਸਾਡੀ ਧੀ ਭੈਣ ਨੂੰ ਜਾਂ ਮਾਂ ਨੂੰ ਹੱਥ ਮਾਰਨ ਛੇੜਨ ਤਾਂ ਫਿਰ ਮਰ ਜਾਣ ਵਾਲਾ ਮਕਾਮ ਹੈ ਖਾ ਖੇਤ ਸੀਗਾ ਉਹ ਬਟਨ ਦੇ ਨਾਲ ਖੜਾ ਪ੍ਰਤਾਪ ਸਿੰਘ ਬੜਾ ਸ਼ਰੀਫ ਆਦਮੀ ਸੀ ਬਹੁਤ ਹੀ ਬੇਹੱਦ ਸ਼ਰੀਫ ਆਦਮੀ ਉਹ ਇੱਦਾਂ ਨੀਵੀਂ ਪਾ ਕੇ ਖੜਾ ਉਹ ਕਹਿੰਦਾ ਅਦਾ ਤੁਹਾਨੂੰ ਆਪਣਾ ਮਾਰ ਲੈ ਦੇਵੇ ਹਾਂਜੀ ਸਾਡੀ ਬਸ ਨਹੀਂ ਚੱਲਦਾ ਇਹ ਹੁਣ ਡਿੱਗੜ ਚੁੱਕਾ ਕੰਮ ਅਸੀਂ ਹੁਣ ਕੀ ਕਰ ਸਕਦੇ ਹਾਂ ਬਾਕੀ ਸਾਡੀ ਇਹ ਦੁਆ ਵੀ ਤੁਹਾਨੂੰ ਅੱਧਾ ਸਹੀ ਸਲਾਮਤ ਲੈਂਦੇ ਆਪਣੇ ਮਕਾਨ 'ਤੇ ਅਤੇ ਸਾਡੀ ਮਾਈ ਨੇ ਉਹ ਬੱਚਿਆਂ ਦੇ ਇਹਨਾਂ ਗੇੜਾ ਵਾਰਾ ਉਹ ਫੇਵਰ ਸੀ ਦਿੱਤਾ ਬੱਚਿਆਂ ਦੇ ਕੁੜਤਿਆਂ 'ਚ ਬੱਚ ਕੇ ਚਲੇ ਜਾਵਾਂਗੇ ਹਾਂਜੀ ਅਤੇ ਬੱਚਿਆਂ ਨੂੰ ਕਹਿੰਦੇ ਹਾਂ ਉਹ ਦੋ ਤਿੰਨ ਕਮੀਜ਼ਾਂ ਉੱਥੇ ਰਹਿ ਗਏ ਕਹਿੰਦਾ ਉਹ ਸ਼ਹਿਰ ਦਾ ਦੋਨੋਂ ਲੱਭ ਗਏ ਨਹੀਂ ਉਹ ਬਾਹਰ ਜਾਣਗੇ ਤਾਂ ਫਿਰ ਤੁਹਾਡੇ ਲੱਗ ਆਉਣਗੇ ਤਦ ਮੈਂ ਤੁਹਾਡੇ ਨਾਲ ਚੱਲਦਾ ਉਹ ਨਾਲ ਗਿਆ ਇਹ ਕਿਹਨੇ ਗੱਲ ਕੀਤੀ ਉਹ ਕਾਬਲ ਸਿੰਘ ਨੇ ਅੱਛਾ ਅਤੇ ਮੈਂ ਤੁਹਾਡੇ ਨਾਲ ਜਾਂਦਾ ਅਤੇ ਮਜ਼ਾਰ ਗਿਆ ਤੁਹਾਡੇ ਕੋਲ ਸਾਹਮਣੇ ਆ ਜਾਵੇ ਉਹਦੇ ਭਰਾ ਜਿਹੜੇ ਸੀ ਉਹ ਮਾਰਖੰਡ ਸੀਗੇ ਇਹ ਸਿੱਖੀ ਸਾਰੀ ਸਾਡੇ ਵਾਲਾ ਸਾਧੀ ਮਰੀਜ਼ ਸੀ ਗੁਰਦੁਆਰੇ ਵਿੱਚ ਕੰਮ ਕਰਦੇ ਰਹੇ ਵਾਲਾ ਸਾਹਿਬ ਗੁਰਦੁਆਰੇ ਵਿੱਚ ਵੀ ਗੁਰਦੁਆਰੇ 'ਚ ਵੀ ਉੱਥੇ ਗੁਰਦੁਆਰੇ 'ਚ ਕੀ ਕੰਮ ਕਰਦੇ ਸੀ ਪਾਠ ਗ੍ਰੰਥ ਸਾਹਿਬ ਦਾ ਪਾਠ ਲਓ ਜੀ ਅਸੀਂ ਬੈਠੇ ਹਾਂ ਇਸ ਵੇਲੇ ਉਕਾੜਾ ਸ਼ਹਿਰ ਵਿੱਚ ਔਰ ਉਕਾੜਾ ਫੈਸਲਾਬਾਦ ਰੋਡ 'ਤੇ ਪੁਲ ਦੇ ਥੱਲੇ ਬਾਬਾ ਜੀ ਸਾਨੂੰ ਮਿਲੇ ਨੇ ਸ਼ੋਰਾ ਕੋਠੀ ਇੱਕ ਜਗ੍ਹਾ ਹੈ ਉਹਨੂੰ ਜਿਹੜੀ ਗਲੀ ਜਾਂਦੀ ਸੀ ਉੱਥੇ ਬਾਬਾ ਜੀ ਬੈਠੇ ਸਨ ਨਜ਼ਰ ਆਏ ਅਤੇ ਅਸੀਂ ਆਖਿਆ ਚਲੋ ਬਾਬਾ ਜੀ ਨਾਲ ਪੁਰਾਣੀਆਂ ਯਾਦਾਂ ਤਾਜ਼ਾ ਕਰਦੇ ਹਾਂ ਅਤੇ ਬਾਬਾ ਜੀ ਦਾ ਜਿਹੜਾ ਪਿਛੋਕੜ ਹੈ ਉਹ ਜ਼ਿਲ੍ਹਾ ਹੁਸ਼ਿਆਰਪੁਰ ਨਾਲੇ ਜੁੜਿਆ ਹੋਇਆ ਔਰ ਨਾਲ ਦੱਸਿਆ ਇਹਨਾਂ ਨੇ ਕਿ ਦਸੂਆ ਮਨਕੇਰੀਆਂ ਜਿਹੜੀ ਇਹਨਾਂ ਦੀ ਤਹਿਸੀਲ ਹੁੰਦੀ ਸੀ ਅਤੇ ਪਿੰਡ ਕਿਹੜਾ ਸੀ ਅਤੇ ਬਾਬਾ ਜੀ ਦਾ ਨਾਂ ਕੀ ਆਓ ਇਹਨਾਂ ਨਾਲ ਗੱਲਬਾਤ ਕਰਨੀ ਆ ਬਾਬਾ ਜੀ ਤੁਹਾਡਾ ਨਾਂ ਕੀ ਪੂਰਾ ਮੈਨੂੰ ਬਸ਼ੀਰ ਆਉਂਦੇ ਕਹਿੰਦੇ ਜੀ ਬਾਪੂ ਦਾ ਕੀ ਨਾਂ ਸੀ ਅਨਾਇਤ ਮੁਹੰਮਦ ਅਤੇ ਦਾਦਾ ਜੀ ਦਾ ਨਾਂ ਵੀ ਯਾਦ ਹੈ ਮੀਰਾਂ ਬਖਸ਼ ਮੀਰਾਂ ਬਖਸ਼ ਬਾਬਾ ਜੀ ਆਪਣਾ ਪਿਛਲਾ ਪਿੰਡ ਕਿਹੜਾ ਸੀ ਪਿਛੋਕੜ ਦਾ ਅੱਛਾ ਜੀ ਇਹ ਇਹਦੇ ਆਲੇ ਦੁਆਲੇ ਦੇ ਪਿੰਡ ਕਿਹੜੇ ਕਿਹੜੇ ਸੀ ਇਹਦੇ ਨਾਲ ਨਰਿਆਲਾ ਹੋਰ ਭੋਗਪੁਰ ਅੱਛਾ ਜੀ ਭੋਗਪੁਰ ਵੀ ਲਾਗੇ ਸੀ ਹਾਂਜੀ ਹੋਰ ਵੀ ਨਾਲ ਹੋਣਗੇ ਪਿੰਡ ਹਾਂਜੀ ਹਾਂ ਹੁਣ ਛੇਤੀ ਯਾਦ ਨਹੀਂ ਆਉਂਦਾ ਅੱਛਾ ਇਹ ਦੱਸੋ ਇਹ ਜਿਹੜਾ ਤੁਹਾਡਾ ਪਿੰਡ ਸੀ ਇਹ ਸਾਰਾ ਕੋਰਾ ਮੁਸਲਮਾਨਾਂ ਦਾ ਪਿੰਡ ਸੀ ਸਾਰਾ ਹਿੰਦੂਆਂ ਸਿੱਖਾਂ ਦਾ ਸਾਰਾ ਹਿੰਦੂਆਂ ਸਿੱਖਾਂ ਦਾ ਸੀ ਸਾਨੂੰ ਘਰ ਸੀਗੇ ਮੁਸਲਮਾਨਾਂ ਦੇ ਅੱਛਾ ਜਿਵੇਂ ਕੋਈ ਆਸ ਪਾਸ ਘਰ ਸੀਗੇ ਅੱਛਾ ਜੀ ਹਾਂਜੀ ਇਹ ਮੁਸਲਮਾਨਾਂ ਦੀ ਕਿਹੜੀ ਕਿਹੜੀ ਬਰਾਦਰੀ ਉੱਥੇ ਬੈਠੀ ਸੀ ਜੀ ਉੱਥੇ ਕਸਾਈ ਸੀਗੇ ਕੋਈ ਦੂਸਰੇ ਬੰਦੇ ਸੀਗੇ ਮੈਂ ਉਹਨਾਂ ਦੀ ਖੈਰ ਠੀਕ ਰਾਤ ਦਾ ਤਾਂ ਨਹੀਂ ਪਤਾ ਅੱਛਾ ਜੀ ਠੀਕ ਹੈ ਮੁਸਲਮਾਨ ਹਾਂਜੀ ਇਹ ਪਿੰਡ ਕਿੱਡਾ ਵੱਡਾ ਸੀ ਜੀ ਇਹਦੀਆਂ ਕਿੰਨੀਆਂ ਨੰਬਰ ਬਹੁਤ ਵੱਡਾ ਸੀ ਕਿੰਨੀਆਂ ਨੰਬਰਦਾਰੀਆਂ ਸੀ ਨੰਬਰਦਾਰ ਤੇ ਕੋਈ ਸੀਗਾ ਅੱਛਾ ਜੀ ਤਾਂ ਪਿੰਡ ਬਹੁਤ ਵੱਡਾ ਸੀ ਉਸ ਨੰਬਰਦਾਰ ਦਾ ਨਾਮ ਵੀ ਯਾਦ ਹੈ ਤੁਹਾਨੂੰ ਹਾਂਜੀ ਹਰਨਾਮ ਸਿੰਘ ਹਰਨਾਮ ਸਿੰਘ ਨੰਬਰਦਾਰ ਸੀ ਅੱਛਾ ਸਿੱਖਾਂ ਦੀ ਬਰਾਦਰੀ ਇੱਥੇ ਕਿੰਨੀ ਕੁ ਬੈਠੀ ਸੀ ਸਿੱਖਾਂ ਦੀ ਬਰਾਦਰੀ ਬਹੁਤ ਸੀ ਬਹੁਤ ਸਾਰੀ ਸਿੱਖਾਂ ਦੀ ਬਰਾਦਰੀ ਸੀ ਅੱਛਾ ਹਾਂ ਇਹ ਕਿਹੜੀ ਗੁੱਤ ਦੇ ਕਿਹੜੀ ਜ਼ਾਤ ਦੇ ਸਿੱਖ ਸੀ ਕੋ ਪਤਾ ਹੈ ਜੱਟਾਂ 'ਚ ਹੁੰਦੀਆਂ ਨਾ ਕਈ ਗੁੱਤਾਂ ਸੰਧੂ ਸਾਹਿਬ ਇਹ ਸੰਧੂ ਸੀ ਸਾਰੇ ਹਾਂਜੀ ਸੰਧੂ ਸਾਰੇ ਅੱਛਾ ਸੰਧੂ ਸਾਹਿਬ
ਠੀਕ ਹੈ ਠੀਕ ਹੈ ਅਸੀਂ ਉਹਨਾਂ ਦੇ ਵਿੱਚ ਬੈਠੇ ਤੁਸੀਂ ਉਹਨਾਂ ਦੇ ਵਿੱਚੋਂ ਹੀ ਹੋ ਹਾਂਜੀ ਠੀਕ ਹੈ ਲੇਕਿਨ ਤੁਹਾਡਾ ਕਬੀਲਾ ਕਿਤੇ ਪਿੱਛੇ ਮੁਸਲਮਾਨ ਹੋ ਗਿਆ ਮੁਸਲਮਾਨ ਤੇ ਉਹ ਜਿਹੜੇ ਮੁਸਲਮਾਨ ਸੀ ਇੱਕੋ ਦਾਦੇ ਦੀ ਔਲਾਦ ਸੀ ਤੁਸੀਂ ਹਾਂਜੀ ਇੱਕੋ ਦਾਦੇ ਦੀ ਅੱਛਾ 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 ਸੱਤ ਬਾਬੇ ਸੀ ਸਾਡੇ ਤੁਹਾਡੇ ਸੱਤ ਬਾਬੇ ਸੀ ਹਾਂਜੀ ਉਹਨਾਂ ਚੋਂ ਕਿੰਨੇ ਮੁਸਲਮਾਨ ਹੋਏ ਛੇ ਬਾਬਿਆਂ ਤੋਂ ਪੰਜਾਂ ਬਾਬਿਆਂ ਤੋਂ ਔਲਾਦ ਹਾਂ ਤੇ ਦੋ ਬਾਬੇ ਇੱਕ ਤਾਂ ਬਚਪਨ 'ਚ ਫੌਤ ਹੋ ਗਿਆ ਇੱਕ ਬੱਚਾ ਬਾਬਾ ਸਾਡਾ ਉਹ ਸੀਗਾ ਆਪਣੇ ਬੇਉਲਾਦ ਬੇਉਲਾਦ ਸਿੰਘ ਠੀਕ ਹੈ ਅੱਛਾ ਇਹ ਦੱਸੋ ਇਹ ਇੱਕ ਤਾਂ ਹਰਨਾਮ ਸਿੰਘ ਨੰਬਰਦਾਰ ਸੀ ਪਿੰਡ ਦੇ ਵਿੱਚ ਹਾਂਜੀ ਇਹ ਮਸ਼ਹੂਰ ਬੰਦਾ ਹੋਣਾ ਹੈ ਮਸ਼ਹੂਰ ਇਹ ਤੋਂ ਇਲਾਵਾ ਵੀ ਕੋਈ ਮਸ਼ਹੂਰ ਹੈ ਸੀ ਬੰਦਾ ਹਰਨਾਮ ਸਿੰਘ ਪ੍ਰਤਾਪ ਸਿੰਘ ਅੱਛਾ ਦੋਵੇਂ ਭਾਈ ਸੀ ਵਾਹ ਜੀ ਵਾਹ ਹਾਂਜੀ ਅੱਛਾ ਗਾਂ ਇਹਨਾਂ ਦੀ ਔਲਾਦ ਸੀ ਤ੍ਰਿਸ਼ਨ ਸਿੰਘ ਹਾਂ ਹਾਂਜੀ ਉਹ ਯਾਨੀ ਇਸਾ ਕਰਕੇ ਯਾਨੀ ਕਈ ਨਾਂ ਸੀ ਪਿਆਰਾ ਸਿੰਘ ਇਹਨਾਂ ਦਾ ਪੋਤਾ ਸੀ ਹਾਂਜੀ ਇੱਕ ਇਹਨਾਂ ਦਾ ਬੰਦਾ ਸੀ ਉਹ ਆਪਣੇ ਫੌਜ ਦੇ ਵਿੱਚ ਸੀਗਾ ਅੱਛਾ ਹਾਂਜੀ ਉਹ ਕਦੇ ਨਸ ਵੀ ਨਾ ਸੀਗੇ ਕੀ ਸੀਗਾ ਠੀਕ ਹੈ ਤੁਹਾਡੇ ਹਾਣੀ ਇਹਨਾਂ ਚੋਂ ਕੋਈ ਮੁੰਡੇ ਹੈ ਸਨ ਇਹਨਾਂ ਦੇ ਹਾਂਜੀ ਕਿਹੜੇ ਕਿਹੜੇ ਪਿਆਰਾ ਸਿੰਘ ਹਾਂਜੀ ਅੱਛਾ ਹਾਂਜੀ ਇੱਕ ਵੀ ਹੈ ਜਮਾਦਾਰ ਦਾ ਪੋਤਾ ਆਪਣੇ ਜੀਤ ਸਿੰਘ ਅੱਛਾ ਜੀ ਸਾਡੇ ਯਾਨੀ ਨਾਲ ਪੜ੍ਹਦੇ ਹੁੰਦੇ ਸੀ ਹਾਣੀ ਸੀ ਜਿਸ ਵੇਲੇ 47 ਦੀ ਵੰਡ ਹੋਈ ਹੈ ਤੁਹਾਡੀ ਉਮਰ ਕਿੰਨੀ ਸੀਗੀ ਉਸ ਵੇਲੇ ਉਸ ਵੇਲੇ ਦੇ ਕਹਿੰਦੇ ਉੱਤੇ ਬਾਨਵੇਂ ਦੇ ਵਿੱਚ 15 ਸਾਲ ਦੀ ਉਮਰ ਸੀ 15 ਹੁਣ ਤੁਸੀਂ 90 ਦੇ ਲਾਗੇ ਲਾਗੇ ਪਹੁੰਚ ਗਏ ਹੋ 15 ਤੋਂ ਉੱਤੇ ਸੀਗੀ ਉਮਰ ਹਾਂਜੀ ਅਤੇ ਜਾਂਦੀ ਸੀ ਇੱਧਰ ਨੂੰ ਤਿਆਰੀ ਹੋ ਗਈ ਨਾ ਹਾਂਜੀ ਹਾਂਜੀ ਅੱਛਾ ਇਹ ਦੱਸੋ ਤੁਹਾਡੇ ਪਿੰਡ ਵਿੱਚ ਸਕੂਲ ਹੈ ਸੀ ਵੱਡਾ ਸਕੂਲ ਸੀ ਹਾਂਜੀ ਹਾਈ ਸਕੂਲ ਸੀ ਤੁਸੀਂ ਉੱਥੇ ਪੜ੍ਹੇ ਪੰਜ ਮਾਤਾਂ ਪੜ੍ਹੇ ਵਾਹ ਜੀ ਵਾਹ ਕਿਆ ਬਾਤ ਹੈ ਮਾਤਾ ਪੜ੍ਹੀਆਂ ਵਾਹ ਜੀ ਵਾਹ ਬੜੀ ਗੱਲ ਹੈ ਅੱਛਾ ਬਾਬਾ ਜੀ ਇਹ ਦੱਸੋ ਤੁਸੀਂ ਉੱਥੇ ਪੜ੍ਹਦੇ ਸੀ ਅਤੇ ਤੁਹਾਡੇ ਹਮ ਜਮਾਤੀਆਂ ਮੁੰਡਿਆਂ ਦੇ ਨਾਂ ਤਾਂ ਯਾਦ ਹੋਣਗੇ ਤੁਹਾਨੂੰ ਬਸ ਜੀ ਹਾਂ ਮੁੰਡਿਆਂ ਦੇ ਨਾਂ ਇਹੋ ਹੀ ਆ ਜੀਤ ਸਿੰਘ ਪਿਆਰਾ ਸਿੰਘ ਹਾਂਜੀ ਬਾਕੀ ਹੋਰ ਮੁੰਡੇ ਬਥੇਰੇ ਪੜ੍ਹਦੇ ਸੀ ਤੇਰੀਆਂ ਦਾ ਮੁੰਡਾ ਸੀ ਹਾਂ ਇੱਕ ਤੇਰੀਆਂ ਦਾ ਲੜਕਾ ਸੀ ਅੱਛਾ ਉਹ ਦਲਦਾਰ ਉਹਦਾ ਨਾਂ ਸੀ ਦਲਦਾਰ ਬਾਕੀ ਹੋਰ ਮੁੰਡੇ ਸੀਗੇ ਹੁਣ ਨਾਂ ਯਾਦ ਨਹੀਂ ਰਹੇ ਨੰਗਲਪੁਰਾ ਵੀ ਤੁਹਾਡੇ ਲਾਗੇ ਸੀ ਨੰਗਲਪੁਰਾ ਵੀ ਲਾਗੇ ਸੀ ਆਪਣੇ ਸ਼ੇਰਪੁਰ ਵੀ ਲਾਗੇ ਸੀ ਭੋਗਪੁਰ ਵੀ ਲਾਗੇ ਸੀ ਹਾਂਜੀ ਕਾਠਿਆ ਵੀ ਘਰ ਵੀ ਲਾਗੇ ਸੀ ਅਤੇ ਲਾਗੇ ਸ਼ਹਿਰ ਕਿਹੜਾ ਲੱਗਦਾ ਸੀ ਸ਼ਹਿਰ ਸਾਨੂੰ ਹੁਸ਼ਿਆਰਪੁਰ ਵੀ ਲੱਗਦਾ ਉਹ ਕਿੰਨੀ ਕੁ ਦੂਰ ਸੀ ਉਹ ਲਗਭਗ ਤਕਰੀਬਨ 16 ਕਿਲੋਮੀਟਰ ਸੀ ਅੱਛਾ ਅਤੇ ਦਸੂਹਾ ਮਨਕੇਰੀਆਂ ਕਿੰਨੀ ਦੂਰ ਸੀ ਦਸੂਹਾ ਮਨਕੇਰੀਆਂ ਜ਼ਿਆਦਾ ਸੀ ਹਾਂਜੀ ਠੀਕ ਹੈ ਤੁਹਾਡੇ ਪਿੰਡ ਦਾ ਨਾਂ ਸੀਗਾ ਮੁੰਡੀਆ ਸਰਿਆਲਾ ਦੋ ਬਦਲ ਸੀ ਨਾਂ ਹਾਂ ਯਾਨੀ ਬਚਾਰੇ ਚੋਲ ਸੀਗਾ ਚੱਲਦਾ ਅੱਛਾ ਜੀ ਥੋੜ੍ਹੀ ਜਿਹੀ ਹਾਂ ਅਸੀਂ ਉਹਨੂੰ ਚੋ ਕਹਿੰਦੇ ਹੁੰਦੇ ਸੀ ਅੱਛਾ ਤੋ ਕਹਿੰਦੇ ਸੀ ਚੋ ਹਾਂ ਇੱਧਰ ਪਾਸੇ ਮੁੰਡਿਆ ਸੀ ਇੱਧਰ ਪਾਸੇ ਸਰਿਆਲਾ ਸੀ ਤਾਂ ਬਸ ਐਡਾ ਫਰਕ ਸੀ ਅੱਛਾ 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 ਤਕਰੀਬਨ 1.5 ਫਰਲਾਂਗ ਦਾ ਫਾਸਲਾ ਸੀ ਅੱਛਾ ਜੀ ਹਾਂਜੀ ਵਾਹ ਜੀ ਵਾਹ ਠੀਕ ਹੈ ਅਤੇ ਬਾਬਾ ਜੀ ਇਹ ਦੱਸੋ ਜਿਹੜੇ ਸਿੱਖ ਮੁਸਲਮਾਨ ਉਸ ਪਿੰਡ ਵਿੱਚ ਇਕੱਠੇ ਬੈਠੇ ਸੀ ਹਾਂਜੀ ਇਹ ਤਾਂ ਚਲੋ ਬੈਠੇ ਸੀ ਅਤੇ ਨਾਲ ਹਿੰਦੂ ਵੀ ਹੈ ਸੀ ਹਿੰਦੂ ਵੀ ਸੀ ਹਿੰਦੂਆਂ ਦੀ ਕਿੰਨੀ ਕੁ ਆਬਾਦੀ ਸੀ ਹਿੰਦੂਆਂ ਦੀ ਵੀ ਕਾਫੀ ਆਬਾਦੀ ਸੀ ਤਕਰੀਬਨ ਚੰਗੇ ਭਲੇ ਹਿੰਦੂ ਸੀਗੇ ਅੱਛਾ ਕਾਫੀ ਸੀਗੇ ਔਰ ਬਾਕੀ ਜਮਾਤ ਵੀ ਸੀ ਹਾਂ ਹਾਂ ਹਿੰਦੂਆਂ 'ਚੋਂ ਮਸ਼ਹੂਰ ਬੰਦਾ ਕੋਈ ਯਾਦ ਹੋਵੇ ਤਾਂ ਹਾਂਜੀ ਹਿੰਦੂਆਂ ਵਿੱਚੋਂ ਮਸ਼ਹੂਰ ਬੰਦਾ ਕੋਈ ਯਾਦ ਹੋਵੇ ਨਹੀਂ ਮੈਨੂੰ ਯਾਦ ਨਹੀਂ ਹਿੰਦੂਆਂ 'ਚੋਂ ਕੋਈ ਮਸ਼ਹੂਰ ਬੰਦਾ ਨਹੀਂ ਯਾਦ ਪਿੰਡ ਵਿੱਚ ਗੁਰਦੁਆਰਾ ਹੈ ਸੀ ਜੀ ਹਾਂਜੀ ਗੁਰਦੁਆਰਾ ਹੈ ਸੀ ਪਿੰਡ ਗੁਰਦੁਆਰਾ ਹੈ ਸੀ ਹਾਂਜੀ ਅਤੇ ਮਸਜਿਦ ਵੀ ਹੈ ਸੀ ਮਸਜਿਦ ਵੀ ਨਹੀਂ ਸੀ ਮਸਜਿਦ ਨਹੀਂ ਸੀ ਥੋੜ੍ਹੇ ਬੰਦਾਂ ਦਾ ਕੰਮ ਸੀ ਮੁਸਲਮਾਨਾਂ ਦਾ ਇਹਨਾਂ ਨੇ ਨਹੀਂ ਸੀ ਕੋਸ਼ਿਸ਼ ਕੀਤੀ ਹਾਂਜੀ ਅਤੇ ਨਾ ਕੋਈ ਇਸ ਤਰ੍ਹਾਂ ਮਸਜਿਦ ਵਾਲਾ ਇੰਤਜ਼ਾਮ ਹੋਇਆ ਹਾਂਜੀ ਅੱਛਾ ਜੀ ਅੱਛਾ ਦੱਸਾਂ ਘਰਾਂ ਨੇ ਕੀ ਕਰਨਾ ਸੀ ਬਿਲਕੁਲ ਠੀਕ ਹੈ ਮਸਜਿਦ ਕੋਈ ਨਹੀਂ ਸੀ ਮਸਜਿਦ ਕੋਈ ਨਹੀਂ ਸੀ ਆਪਸ 'ਚ ਤਾਲੁਕਾਤ ਕਿਸ ਤਰ੍ਹਾਂ ਦੇ ਸੀ ਸਿੱਖਾਂ ਮੁਸਲਮਾਨਾਂ ਦੇ ਹਿੰਦੂਆਂ ਦੇ
पांच स्टेशन तो पहले हाँ ते अच्छे सीगे हाँ जदों ए रौला पिया उस वेले दे गल्ला पै उदों पहले दी आपां गल्लां कर लईए हाँ जी आपस च शादी व्याहां ते आण जाण है सी हाँ जी शादी ब्याह उहनां लोकां दा यानी सारे एक निकले तो सारी गल करांगे उदो पहले दसो भी तुहाडे पिंड को दरगाह किसी पीर फकीर की दरगाह भी सी के कोई ना मेला शेला लगता सी कोई मेला भी कोई नहीं लगता लागे मेला किथे लागे परे थी तीन सौ मील के फासले पे वो केड़ा पिंड सी सीकरी का मेला अच्छा जी सीकरी का मेला वो बड़ा भारा मेला लगता अच्छा जी उत्थे जवाना ने कट्ठे होना सारे प्रौहणे ने भी कट्ठे होना हाँ जी जिते जिते आले दुआले पिंडां दे सी साडे रिश्तेदार भी असीं भी सारे सारे ने उत्थे आउणा कट्ठे होना ਡਾਂਗਾ ਮਾਰਨੀਆਂ ਡਾਂਗਾ ਮਾਰਨੀਆਂ ਤਲਵਾਰਾਂ ਕੱਢ ਕੇ ਮਗਰ ਦੌੜੇ ਹੋਣਾ ਤਲਵਾਰਾਂ ਕੱਢ ਕੇ ਦੌੜੇ ਹੋਣਾ ਮਾਰਨ ਮਾਰ ਉੱਥੇ ਨੁਕਸਾਨ ਵੀ ਹੋ ਜਾਂਦਾ ਦੌੜੇ ਹੋਣਾ ਨੁਕਸਾਨ ਵੀ ਹੋ ਜਾਂਦਾ ਸੀ ਨੁਕਸਾਨ ਘੱਟ ਹੀ ਹੁੰਦਾ ਸੀ ਡਾਂਗ ਸੁਟਾ ਹੋ ਜਾਂਦਾ ਸੀ ਦੌੜ ਭੱਜ ਜਾਂਦੇ ਸੀ ਹੁੰਦੇ ਡਾਂਗ ਸੁਟਾ ਹੋ ਜਾਂਦਾ ਸੀ ਦੌੜ ਭੱਜ ਜਾਂਦੇ ਸੀ ਇੱਕ ਦੂਜੇ ਕੋਲੋਂ ਬਾਦ ਬਚਾ ਕੇ ਅੱਛਾ ਤੇ ਬਾਬਾ ਜੀ ਇਹ ਦੱਸੋ ਉਸ ਮੇਲੇ ਤੇ ਕੋਈ ਨਕਲੀਆ ਵੀ ਆਉਂਦਾ ਸੀ ਨਹੀਂ ਹੋਰ ਸੁਰਾਂ ਸਰਾਂ ਵਾਲੇ ਬੇਲੀ ਆਉਂਦੇ ਸੀ ਨਾ ਕੋਈ ਨਾ ਕਬੱਡੀ ਹੁੰਦੀ ਸੀ ਉਹ ਬਸ ਉਹਦੇ ਬੇਂਦਾ ਸੀ ਦੁਕਾਨਾਂ ਹੁੰਦੀਆਂ ਸੀ ਦੁਕਾਨਾਂ ਮਠਿਆਈ ਵਾਲੀਆਂ ਦੂਸਰੀਆਂ ਦੁਕਾਨਾਂ ਰੰਗ ਬਰੰਗੀਆਂ ਪਕੌੜਿਆਂ ਦੀਆਂ ਛੋਟੇ ਬਾਟਲ ਦੀਆਂ ਮਠਿਆਈ ਦੀਆਂ ਹੋਰ ਪਕੌੜੇ ਵਗਾਰੇ ਇੱਦਾਂ ਦੇ ਕਹਿੰਦੇ ਛਿੰਝ ਪੈਂਦੀ ਸੀ ਤੁਹਾਡੇ ਲਾਗੇ ਪੈਂਦੇ ਸੀ ਕਿਹੜੀ ਜਗ੍ਹਾ ਛਿੰਝ ਪੈਂਦੀ ਸੀ ਰੱਸਾ ਕਸੀ ਹੁੰਦੀ ਸੀ ਅੱਛਾ ਜੀ ਹਾਂਜੀ ਠੀਕ ਭਲਵਾਨ ਵੀ ਘੁੱਲਦੇ ਹੁੰਦੇ ਸੀ ਅੱਛਾ ਬਸ ਇਹੋ ਜਿਹੀਆਂ ਖੇਡਾਂ ਹੁੰਦੀਆਂ ਇਸ ਇਹੋ ਜਿਹੀਆਂ ਖੇਡਾਂ ਹੁੰਦੀਆਂ ਸੀ ਬਾਬਾ ਕਬੱਡੀ ਖੇਡੇ ਨੇ ਹਾਂ ਤੇ ਬਾਬਾ ਜੀ ਤੁਸੀਂ ਦੱਸਦੇ ਪਏ ਸੀ ਵੀ ਤੁਹਾਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਗਾਉਣ ਦਾ ਹਾਂਜੀ ਗਾਉਣ ਦਾ ਸ਼ੌਕ ਸੀ ਬਹੁਤ ਤੇ ਗਾਉਣ ਵਾਸਤੇ ਤੁਸੀਂ ਕਿੱਥੇ ਕਿੱਥੇ ਜਾਂਦੇ ਸੀ ਅਸੀਂ ਜਿੱਥੇ ਜਿੱਥੇ ਕੋਲੇ ਜਾਵੇ ਹਾਂ ਉਹ ਪਹਿਲੇ ਸਾਈ ਕਰਦੇ ਹੁੰਦੇ ਸੀ ਅੱਛਾ ਜੀ 400 ਦੇਵੇ 500 ਦੇਵੇ ਸਾਈਡ ਦੇਵੇ ਕਿਰਾਇਆ ਪਿੰਡਾਂ ਦਾ ਕਿਰਾਇਆ ਕਿਹੜੇ ਹੁੰਦੇ ਸੀ ਨਾ ਤਾਂ ਟਾਂਗਾ ਹੁੰਦਾ ਸੀ ਨਾ ਕੋਈ ਦਾਰੀ ਹੁੰਦੀ ਸੀ ਇਹੋ ਹੀ ਨੇ ਤੇ ਚਾਹ ਪਾਣੀ ਵਾਸਤੇ ਅੱਛਾ ਤੇ ਫਲਾਣੇ ਪਿੰਡ ਚਾਰ ਪੰਜ ਰੁਪਈਏ ਜਿਹੜਾ ਵੀ ਹਾਂਜੀ ਉੱਥੇ ਆਉਣਾ ਆ ਕੇ ਤੇ ਖਾਣਾ ਕਰਨਾ ਅੱਛਾ ਵਿਆਹ ਸ਼ਾਦੀ ਤੇ ਅੱਛਾ ਸਿੱਖਾਂ ਲੋਕਾਂ ਦੇ ਅੱਛਾ ਜੀ ਹਾਂਜੀ ਤੇ ਤੁਸੀਂ ਜਾ ਕੇ ਇਕੱਲੇ ਹੁੰਦੇ ਸੀ ਜਾਂ ਨਾਲ ਟੀਮ ਹੁੰਦੀ ਸੀ ਤੁਹਾਡੇ ਟੀਮ ਉਹ ਲੋਕ ਜਿਹੜੇ ਤੁਹਾਡੇ ਨਾਲ ਟੀਮ ਸੀ ਉਹ ਕਿੱਥੋਂ ਦੀ ਸੀ ਉਹ ਪੰਡੋਰੀ ਸੀ ਪੰਡੋਰੀ ਦੀ ਪੰਡੋਰੀ ਦੇ ਨੱਥਾ ਪੰਡੋਰੀ ਵਾਲਾ ਬੜਾ ਮਸ਼ਹੂਰ ਬੰਦਾ ਸੀ ਜਿਹਦੇ ਨਾਲ ਮੈਂ ਸੀ ਨੱਥੇ ਪੰਡੋਰੀ ਵਾਲੇ ਦੇ ਨਾਲ ਸੀ ਤੁਸੀਂ ਮੈਂ ਨੱਥੇ ਪੰਡੋਰੀ ਵਾਲੇ ਦੇ ਨਾਲ ਗਾਉਣ ਵਜਾਉਣ ਦੇ ਕੰਮ ਦੇ ਵਿੱਚ ਅਖਾੜੇ ਦੇ ਵਿੱਚ ਮੇਰੇ ਭਾਈ ਮੇਰਾ ਵਾਲਦ ਉਹ ਸਾਨੂੰ ਇੱਥੋਂ ਆਣ ਕੇ ਲਿਜਾਉਂਦੇ ਹੁੰਦੇ ਸੀ ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਨੱਥਾ ਬੜਾ ਨਾਮਦਾਰ ਬੰਦਾ ਸੀ ਔਰ ਇਸ ਤਰ੍ਹਾਂ ਦਾ ਸੀ ਕਿ ਸਾਰੇ ਇਸ ਕੰਮ ਦੇ ਕਰਨ ਵਾਲੇ ਉੱਥੋਂ ਡਰਦੇ ਸੀ ਅੱਛਾ ਐਡਾ ਬਹੁਤ ਸੀ ਉਹਦਾ ਦਵਾ ਹਾਂਜੀ ਸਿਰ 'ਤੇ ਪਗੜਾ ਹੋਣਾ ਹਾਂਜੀ ਤਾਂ ਇਹ ਦੇਖਣ ਵਾਲਾ ਹੈ ਅੱਛਾ ਯਾਨੀ ਬੜਾ ਇੱਕ ਨਾਮਦਾਰ ਬੰਦਾ ਸੀ ਬੜਾ ਨਾਮਦਾਰ ਬੰਦਾ ਸੀ ਨਾਮਦਾਰ ਬੰਦਾ ਸੀ ਠੀਕ ਹੈ ਸਾਰੇ ਬਜਦੇ ਸੀ ਉਹ ਨੱਥਾ ਆ ਗਿਆ ਨੱਥਾ ਆ ਗਿਆ ਨੱਥਾ ਆ ਗਿਆ ਨੱਥਾ ਪੰਡੋਰੀ ਵਾਲਾ ਜਿਹੜਾ ਅਖਾੜੇ ਲਾਉਂਦਾ ਹੁੰਦਾ ਸੀ ਉਹਦੇ ਵਿੱਚ ਨਕਲਾਂ ਹੁੰਦੀਆਂ ਸੀ ਇਹ ਗਾਣੇ ਉਹ ਮਸਕਰਾ ਹੁੰਦਾ ਸੀ ਮਸਕਰਾ ਹੁੰਦਾ ਸੀ ਮਸਕਰਾ ਨਕਲੀਆ ਸੀ ਹਸਾਉਣੇ ਵਾਲਾ ਹੈ ਹਸਾਉਣੇ ਵਾਲਾ ਹਸਾਉਣੇ ਵਾਲਾ ਸੀ ਸਹੀ ਸਹੀ ਦੁਨੀਆ ਹੱਸਦੀ ਸੀ ਅੱਛਾ ਉਹਨੇ ਉਹ ਗੱਲ ਕਰਨੀ ਜਿਹਨਾਂ ਲੋਕ ਖਿਲਖਿਲਾ ਕੇ ਹੱਸ ਪਵੇ
पक्के सिरे हरनाम दास महला है जी। जलंधर दिया सारिया घरां दे गलियां दे विच असीं खाधे कीते आ। वाह जी वाह, वाह जी वाह। बड़े बचपन दे विच उदों इस तरह से ते जान फुल्लां वर्गी सी, सब कुछ याद सी। ये अखाड़े दिन नूं हुंदे सी या रात नूं हुंदे सी? रात नूं। चानण कादा हुंदा सी रात नूं? चानण बत्तियां दा दस आंदा। तुहाडे पिंड दे शहरां दे विच तां हुंदा ही सी? हाँ, शहरां च उदों बत्तियां हैगियां सी ते पिंडां च उदों बिजली कोई नहीं सी। अच्छा जी। बाकी शहरां दे विच बहुत खतरे हुंदा सी, जिवें अपने खेत लगते होंगे फिल्म। हाँ, सारी सारी गलबात अपने तफैला नकलिया होंगे। तफैला नकलिया बड़ा मशहूर बंदा सुनया होगा। हाँ जी, हाँ जी जी जी। तफैला नकलिया कितों का सी जी? वो जी मेरे उस्ताद का लड़का थे। अच्छा जी, तुहाड़े उस्ताद केड़े सन? मेरे उस्ताद शाहदीन। शाहदीन मजेरिया मजेरा वाला? अच्छा, मजेरा वाला शाहदीन ओदा भरीदा सी तफैला। शाहदीन? हाँ, वड्डे भरा दा। शाहदीन तुहाडा उस्ताद सी? शाहदीन। वाह जी वाह, वाह जी वाह। गवैया सीगा। हाँ, गवैया। ये शाहदीन दी फैमिली, शाहदीन दा टब्बर हुण किथे बैठा है जी? ओ अपने डिचकोट। डिचकोट बैठे आ? केड़े पिंड विच? खास डिचकोट। उन्हां दे घर दा पता है तुहानू? नहीं, मैं हुण कदी गया ही नहीं। अच्छा, पर जे उन्हां नूं आपां बाकी उन्हां दे है जी उत्थे बैठे। ਹੁਣ ਜੇ ਆਪਾਂ ਉਹਨਾਂ ਨੂੰ ਲੱਭਣਾ ਹੋਵੇ ਤਾਂ ਲੱਭ ਜਾਣਗੇ? ਡਿਸਕੋਟ ਜਾਓਗੇ ਨਾ ਤਾਂ ਨਕਲੀਆਂ ਦੇ ਘਰ ਪੁੱਛ ਕੇ ਬਿਰਲਾ ਬਾਦੀ ਜਿੱਥੇ ਬਾਦੀ ਚਲੇ ਜਾਓ। ਅੱਛਾ ਜੀ, ਸਭ ਦੱਸਣਗੇ। ਅੱਛਾ 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 ਅੱਛਾ। ਇੱਕ ਤਾਲਬ ਹੁੰਦਾ ਸੀ ਜੀ, ਤਾਲਬ ਨਕਲੀਆ। ਤਾਲਬ ਉਸ ਸਿੰਗੜੀ ਵਾਲੇ ਹੁੰਦਾ ਸੀ। ਸਿੰਗੜੀ ਵਾਲੇ ਕਮਾਲਪੁਰ ਦਾ ਹੈਂ? ਕਮਾਲਪੁਰ ਹੁੰਦਾ ਸੀ ਬੈਠਾ, ਹੁਸ਼ਿਆਰਪੁਰ ਦੇ ਵਿੱਚ ਕਮਾਲਪੁਰ। ਅੱਛਾ, ਇਹ ਤਾਲਬ ਵੀ ਬਾਬੇ ਸੱਦੂ ਦਾ ਲੜਕਾ ਹੁੰਦਾ ਸੀ। ਬਾਬੇ ਛੱਦੂ ਦਾ ਇਹ ਤਾਲਬ, ਤਾਲਬ ਵੀ ਬੜਾ ਮਸ਼ਹੂਰ ਸੀ। ਮਸ਼ਹੂਰ ਸੀ ਤਾਲਬ, ਮਸ਼ਹੂਰ ਸੀ। ਇਹਦੇ ਨਾਲ ਵੀ ਤੁਹਾਡਾ ਮਿਲਣ ਵਰਤਨ ਰਿਹਾ ਤਾਲਬ ਨਾਲ? ਸਿੰਗੜੀ ਵਾਲੇ ਵੀ ਕਦੇ ਗਏ? ਸਿੰਗੜੀ ਵਾਲੇ ਮੈਂ ਨਹੀਂ ਗਿਆ, ਮੇਰੇ ਵਾਲਾ ਸਾਹਿਬ ਨੂੰ ਪਤਾ ਸੀ। ਅੱਛਾ ਅੱਛਾ। ਇਹ ਤਾਲਬ ਹਰੀ ਕਿੱਥੇ ਬੈਠੇ ਆ ਪਾਕਿਸਤਾਨ ਆ ਕੇ? ਇਹ ਤਾਲਬ ਹੋਣੀ ਵੀ ਉੱਥੇ ਹੀ ਬੈਠੇ, ਡਿਸਕੋਟ। ਡਿਸਕੋਟ ਹੀ ਬੈਠੇ ਆ? ਹਾਂ ਜੀ, ਫੈਸਲਾਬਾਦ ਲੈ ਲਓ, ਉੱਥੇ ਬੈਠੇ ਆ। ਅੱਛਾ, ਕੁਛ ਫੈਸਲਾਬਾਦ ਬੈਠੇ ਆ, ਕੁਛ ਇੱਥੇ ਬੈਠੇ ਆ। ਇਹ ਸ਼ਾਹਦੀਨ ਕੀ ਅਤੇ ਤਾਲਬ ਕੀ ਆਪਸ 'ਚ ਰਿਸ਼ਤੇਦਾਰੀ ਵੀ ਹੈ ਸੀ ਕੋਈ? ਨਹੀਂ, ਉਹਨਾਂ ਦੀ ਰਿਸ਼ਤੇਦਾਰੀ ਆਪਸ ਵਿੱਚ ਹੀ ਨਹੀਂ ਸੀ, ਹੋਰਨਾਂ ਨਾਲ ਸੀਗੇ। ਠੀਕ ਹੈ, ਠੀਕ ਹੈ। ਇਹ ਤਾਲਬ ਵੀ ਮਸ਼ਹੂਰ ਸੀ, ਸ਼ਾਹਦੀਨ ਵੀ ਮਸ਼ਹੂਰ ਸੀ, ਮਸ਼ਹੂਰ ਸੀ ਅਤੇ ਨੱਥਾ ਪੰਡੋਰੀ ਵਾਲਾ ਵੀ ਮਸ਼ਹੂਰ ਪੰਡੋਰੀ ਵਾਲਾ ਮਸ਼ਹੂਰ ਸੀ। ਹੈਂ? ਗਾਸ਼ੋ ਗਲੋਏ ਤੋਂ। ਗਾਸ਼ੋ ਗਲੋਏ ਤੋਂ? ਹਾਂ, ਉਹ ਗਾਉਣ ਵਾਲੀ ਸੀ, ਗਲੋਆ ਸੀ ਉਹ। ਗਾਸ਼ੋ ਕੁੜੀ ਸੀ? ਹਾਂ, ਨਹੀਂ ਜੀ, ਬੰਦਾ ਸੀ। ਬੰਦਾ ਸੀ? ਅੱਛਾ ਜੀ। ਉਹਦਾ ਲੜਕਾ ਸੀ ਆਪਣੇ ਸਲਵੜੀਆ। ਅੱਛਾ ਜੀ, ਉਹ ਵੀ ਨਕਲੀਆ ਸੀ। ਅੱਛਾ, ਚੰਗਾ ਸੀ। ਹਾਂ ਹਾਂ, ਹਾਂ ਜੀ। ਹੁਸ਼ਿਆਰਪੁਰ ਦੇ ਨਕਲੀਏ ਬੜੇ ਮਸ਼ਹੂਰ ਸਨ, ਬਹੁਤ ਸੀਗੇ ਜੀ। ਅੱਛਾ ਜੀ, ਇੱਕ ਫੱਦਾ ਖੁਰਦ ਪੁੱਤਰ ਸੀ। ਹਾਂ, ਉਹਦੇ ਨਾਲ ਵੀ ਰਹੇ ਆ। ਵਾਹ, ਸਲਵੜੀਆ ਨਾਲ ਵੀ ਰਹੇ ਆ। ਹਾਂ, ਫੱਦੇ ਖੁਰਦ ਪੁੱਤਰ ਨਾਲ ਵੀ ਰਹੇ ਆ। ਵਾਹ, ਹਾਂਜੀ। ਅੱਛਾ, ਇੱਥੇ ਚਾਚੇ ਸ਼ਾਹਦੀਨ ਦੇ ਨਾਲ ਵੀ। ਸ਼ਾਹਦੀਨ ਨੂੰ ਤੁਸੀਂ ਚਾਚਾ ਸੱਦੇ ਸੀ? ਹਾਂਜੀ, ਚਾਚਾ ਸੱਦੇ। ਤੇ ਉਸਤਾਦ ਵੀ ਸੀ ਤੁਹਾਡਾ? ਹਾਂਜੀ, ਸਾਰ ਬਾਕੀ ਦਾ ਉਦੋਂ ਛੋਟੀ ਉਮਰ ਸੀਗੀ। ਹਾਂਜੀ, ਉਹਨੇ ਘੋੜੇ ਦੇ ਬੈਠਣਾ ਤੇ ਪਿੱਛੇ ਦਿਨ ਬਿਠਾ ਲੈਣਾ, ਕਹਿਣਾ ਵੀ ਬੱਚਾ ਤੁਰ ਕੇ ਜਾਊਗਾ। ਵਾਹ ਵਾਹ ਵਾਹ, ਤਾਂ ਉੱਥੇ ਚੱਲ ਜਾਣਾ। ਵਾਹ ਜੀ ਵਾਹ, ਉਦੋਂ ਇਹਨਾਂ ਲੋਕਾਂ ਦੀ ਬੜੀ ਕਦਰ ਹੁੰਦੀ ਸੀ। ਕਦਰ ਹੁੰਦੀ ਸੀ ਬਹੁਤ ਜੀ, ਬਹੁਤ ਕਦਰ ਹੁੰਦੀ ਸੀ। ਇਹ ਤਾਂ ਪਾਰਟੀ ਸਮਰਨ ਦੇ ਨਾਲ ਅਤੇ ਇਹ ਇੱਕ ਦੂਸਰੇ ਮੁਖਾਲਫ ਹੋ ਗਏ। ਅੱਛਾ, ਇਹ ਦੱਸੋ ਬਾਬਾ ਜੀ, ਫਿਰ ਤੁਸੀਂ ਕਿਵੇਂ ਕਿਵੇਂ ਸੁਣਨਾ ਸ਼ੁਰੂ ਕੀਤਾ ਵੀ ਇੱਥੋਂ ਜਾਣਾ ਹੈ ਹੁਣ ਅਤੇ ਵੰਡ ਹੁੰਦੀ ਪਈ ਹੈ? ਕਿੰਨਾ ਕੁ ਅਰਸਾ ਪਹਿਲੇ ਸੁਣ ਲਿਆ ਸੀ ਵੀ ਇੱਥੇ ਹੁਣ ਨਹੀਂ ਰਹੇ ਹੋਣਾ? ਹਾਂ, ਅਸੀਂ ਤਕਰੀਬਨ ਇੱਕ ਮਹੀਨਾ ਪਹਿਲੇ, ਇੱਕ ਮਹੀਨਾ ਪਹਿਲੇ, ਇੱਕ ਮਹੀਨਾ ਪਹਿਲੇ ਸੁਣ ਲਿਆ। ਕੀ ਸੁਣਿਆ? ਸਾਈ ਕਰਕੇ ਆਏ ਤਾਂ ਰਸਤੇ ਦੇ ਵਿੱਚ ਬਾਗ ਹੁੰਦਾ ਸੀ। ਅੱਛਾ ਜੀ, ਤਾਂ ਉੱਥੇ ਬਡਾਂਗਾ ਹੋ ਗਿਆ, ਬੰਦੇ ਵੱਢ ਦਿੱਤੇ। ਅੱਛਾ, ਉਹ ਸਾਨੂੰ ਕਿਸੇ ਨੇ ਉੱਥੇ ਦੱਸ ਦਿੱਤਾ ਚੌਂਕੀ ਕਰਦਿਆਂ ਨੂੰ, ਅਤੇ ਪਤਾ ਨਹੀਂ ਜਗ੍ਹਾ
ਜਿੱਥੇ ਤੁਸੀਂ ਜਾਣਾ ਉੱਥੇ ਰਸਤੇ ਵਿੱਚ ਬੰਦੇ ਵੱਢ ਦਿੱਤੇ ਆ। ਅੱਛਾ ਜੀ, ਹਾਂਜੀ, ਸਿੱਖਾਂ ਨੇ। ਠੀਕ ਹੈ। ਅਸੀਂ ਕਹਿੰਦੇ ਹੁਣ ਅਸੀਂ ਕਿੱਦਾਂ ਕਰੀਏ? ਅਸੀਂ ਉਹ ਕਹਿੰਦੇ ਤੁਹਾਨੂੰ ਕਿਸੇ ਨੇ ਕੀ ਕਹਿਣਾ ਬਾਬਾ ਜੀ? ਖੈਰ ਉਹਨੇ ਸਾਨੂੰ ਬਰਸੀਆਂ ਦੇ ਦਿੱਤੀਆਂ। ਅੱਛਾ, ਬਰਸੀਆਂ ਬਾਜੇ ਦੇ ਉੱਤੇ ਰੱਖ ਲਈਆਂ। ਅਸੀਂ ਆ ਗਏ। ਖੈਰ ਸਾਨੂੰ ਕੋਈ ਨਹੀਂ ਚੱਕ ਰਿਹਾ। ਠੀਕ ਹੈ, ਹਾਂਜੀ, ਠੀਕ ਹੈ। ਕਿਸੇ ਕੰਮ ਕੁੰਮ ਕਰਕੇ ਆਪਣੇ ਦਫ਼ਾ ਹੋ ਗਏ। ਅਸੀਂ ਉਸ ਬਾਅਦ ਵਿੱਚ ਲੰਘੇ ਆਏ, ਸ਼ੁਕਰ ਕੀਤਾ ਘਰ ਆਏ ਤਾਂ। ਅਸੀਂ ਕਹਿੰਦੇ ਹੁਣ ਨਹੀਂ ਜਾਣਾ, ਸਾਈਜ਼ ਬਿਲਕੁਲ ਬੰਦ। ਬਾਜੀ ਹੁਣ ਇਹ ਕੰਮ ਛੱਡ ਦਿਓ, ਹੁਣ ਇਸ ਕੰਮ ਦੀ ਜ਼ਰੂਰਤ ਰਹੀ। ਹੁਣ ਵਿਗੜ ਗਿਆ ਕੰਮ, ਹੁਣ ਅਖਾੜੇ ਕਰਨ ਨਹੀਂ ਜਾਣਾ। ਹਾਂਜੀ, ਹੁਣ ਨਹੀਂ ਜਾਣਾ। ਇਹ ਮਹੀਨਾ ਕੁ ਪਹਿਲੇ ਤੁਹਾਡਾ ਰੋਲਾ ਸੁਣ ਲਿਆ ਤੁਸੀਂ? ਹਾਂਜੀ, ਤੁਸੀਂ ਸੁਣ ਲਿਆ ਸੀ ਵੀ ਮੁਸਲਮਾਨਾਂ ਦਾ ਮੁਲਕ ਅਲਹਿਦਾ ਬਣ ਗਿਆ ਪਾਕਿਸਤਾਨ? ਅਲਹਿਦਾ ਬਣ ਗਿਆ, ਬਾਬੇ ਕਹਿਦੇ ਆ ਉਹਨਾਂ ਦਾ, ਯਾਨੀ ਇਹ ਐਲਾਨ ਹੋ ਗਿਆ ਸੀ ਨਾ, ਅਤੇ ਬਾਬਾ ਕਹਿਦੇ ਆ ਉਹਨਾਂ ਨੇ ਆਪਣਾ ਪਾਕਿਸਤਾਨ ਬਣਾ ਦਿੱਤਾ, ਪਾਕਿਸਤਾਨ ਬਣਾ ਦਿੱਤਾ। ਖੈਰ ਨੈਣੋਵਾਲ ਦੇ ਸੀਗੇ ਕਸਾਈ, ਉਹ ਬੜੇ ਧਰਲੇ ਡਰਦੇ ਸੀਗੇ, ਉਹਨਾਂ ਨੇ ਬੜਾ ਮੁਕਾਬਲਾ ਕੀਤਾ ਸਿੱਖਾਂ ਦੇ ਨਾਲ। ਅੱਛਾ ਜੀ, ਸਿੱਖਾਂ ਨਾਲ ਬੜਾ ਮੁਕਾਬਲਾ ਕੀਤਾ। ਉਹ ਕਸਾਈ ਸੀਗੇ, ਹਾਂਜੀ, ਉਹਨੇ ਮੂੰਹ ਤੋਂ ਜਵਾਬ ਇੱਦਾਂ ਦਿੱਤੇ ਅਤੇ ਜਵਾਬ ਨਹੀਂ ਰਹਿਣ ਦਿੱਤਾ। ਉਦੋਂ ਤਲਵੰਡੀ ਵਾਲੇ ਸ਼ਾਮ 84 ਦੇ ਕੋਲ, ਸ਼ਾਮ 84 ਕੋਲ ਤਲਵੰਡੀ, ਹਾਂ, ਭੋਗ ਆਪਣੇ ਫਲੋਰੀ ਤੋਂ ਲਾਗੇ ਸੀ ਜਿੱਥੇ ਅਸੀਂ ਨੱਚਦੇ ਸੀ ਨੱਫੇ ਦੇ ਨਾਲ। ਠੀਕ ਹੈ, ਨੱਫੇ ਦੇ ਫਲੋਰੀ ਜਿਹੜੀ ਸੀ ਨਾ, ਉਹ ਸ਼ਾਮ 84 ਦੇ ਲਾਗੇ ਸੀ। ਅੱਛਾ, ਇਹਨਾਂ ਦੋ ਪਿੰਡਾਂ ਨੇ ਬੜਾ ਜਵਾਬ ਦਿੱਤਾ, ਖੋੜੇ ਬੜੇ ਜਵਾਬ ਦਿੱਤੇ, ਬਹੁਤ ਫਸਟ ਨੰਬਰ ਜਵਾਬ ਦਿੱਤੇ ਨੇ। ਅੱਛਾ, ਹਾਂਜੀ, ਸਿੱਖ ਬਣ ਗਏ ਸੀ ਅਤੇ ਬਾਕੀ ਅਸੀਂ ਵੀ ਇਹਨਾਂ ਪਿੰਡਾਂ ਦੇ ਲਾਗੇ ਜਾਣਾ। ਹਾਂਜੀ, ਜਿਹਨਾਂ ਉਹਨੇ ਸੰਖ ਵਜਾਉਣਾ, ਸੰਖ ਵਜਾਉਣਾ ਇਹਦੇ ਤਿਆਰ ਹੋ ਜਾਣਾ ਮੁਸਲਮਾਨਾਂ ਨੇ, ਆਪਣੇ ਬਰਸੇ, ਹਾਂਜੀ, ਕੁਹਾੜੇ, ਕੁਹਾੜੀਆਂ, ਜੋ ਕੁਛ ਵੀ ਹੱਥ ਆਉਣਾ, ਯਾਨੀ ਆਪਣੇ ਕੈਦ ਕਰ ਲੈਣਾ ਅਤੇ ਆਉਂਦੇ ਆ ਹੁਣ ਉਹਦੇ ਤਿਆਰ। ਨੈਣੋਵਾਲ ਦੇ ਕਸਾਈ ਸਨ, ਨੈਣੋਵਾਲ ਦੇ ਵੀ ਕਸਾਈ ਸਨ, ਇਹ ਅੱਗੋਂ ਆਕੜੇ ਹੋਏ ਸਨ। ਹਾਂਜੀ, ਅਤੇ ਉੱਧਰੋਂ ਤਲਵੰਡੀ ਦਾ ਕੌਣ ਸੀਗਾ? ਤਲਵੰਡੀ ਦੇ ਸੀਗੇ, ਉਹ ਵੀ ਕਸਾਈ ਸੀਗੇ। ਅੱਛਾ, ਦੋ ਪਿੰਡਾਂ ਦੇ ਕਸਾਈ ਮੁਸਲਮਾਨ ਸੀ, ਇਹਨਾਂ ਜੱਟ ਦਾ ਮੁਕਾਬਲਾ ਕੀਤਾ। ਠੀਕ ਹੈ, ਸੋਹਣੇ ਜਵਾਬ ਦਿੱਤੇ ਉਹਨਾਂ ਨੂੰ। ਬਾਕੀ ਫਿਰ ਬਾਬਾ ਜੀ, ਇੱਕ ਮਹੀਨਾ ਲਗਾਤਾਰ ਤੁਹਾਡੇ ਆਸੇ ਪਾਸੇ ਹਮਲੇ ਸ਼ੁਰੂ ਹੋ ਗਏ ਸੀ? ਅਸੀਂ ਆਪਣੇ ਘਰੋਂ ਨਿਕਲ ਕੇ, ਯਾਨੀ ਫੌਜ ਦਾ ਬੰਦਾ ਲਿਆਂਦਾ ਮਿਸਤਰੀ ਦਾ, ਮੰਗਵਾਇਆ ਅਸੀਂ, ਮੰਗਵਾ ਕੇ ਸਾਨੂੰ ਕਹਿੰਦੇ ਅਸੀਂ ਹੁਣ ਬਾਹਰ ਜਾਣਾ ਅਤੇ ਇਹਨਾਂ ਦੋਗਾਂ ਦਾ ਸਾਨੂੰ ਐਤਵਾਰ ਨਹੀਂ ਕੋਈ ਵੀ, ਇਹਨਾਂ ਦੀਆਂ ਨਜ਼ਰਾਂ ਬਦਲ ਗਈਆਂ, ਸ਼ਾਇਦ ਕਿਸੇ ਸਾਡੀ ਧੀ ਭੈਣ ਨੂੰ ਜਾਂ ਮਾਂ ਨੂੰ ਹੱਥ ਮਾਰਨ, ਛੇੜਨ, ਤਾਂ ਫਿਰ ਮਰ ਜਾਣ ਵਾਲਾ ਮਕਾਮ ਹੈ, ਅਤੇ ਸਾਡੇ ਅੰਦਾਜ਼ ਕਰੋ। ਉਹ ਫਿਰ ਆਏ, ਉਹ ਆਣ ਕੇ ਆਏ, ਉਹਨੇ ਦਾਰੀ ਖੜੇ, ਉਹਦੇ ਸਟੇਨ ਗਨ ਲਾ ਕੇ ਉਹਨੇ ਕਿਹਾ ਵੀ ਆਓ, ਜਿੱਦਾਂ ਨਿਕਲ ਕੇ ਆਓ, ਅਸੀਂ ਖੜੇ ਹਾਂ, ਅਸੀਂ ਨਿਕਲ ਕੇ। ਜੋ ਜੋ ਕੁਛ ਚੱਕਣਾ ਸੀ ਚੱਕਿਆ, ਕੀ ਚੱਕਣਾ ਸੀ? ਪਸ਼ੂ ਸੀਗੇ, ਗਾਂ ਸੀਗੀ, ਮੱਝ ਸੀਗੀ, ਬੈਲਾ ਸੀ, ਘੋੜਾ ਸੀ, ਹਾਂਜੀ, ਹਾਂਜੀ, ਸਾਈਕਲ ਸੀ, ਕਾਟਲਾਂ ਸੀ, ਬਰਤਨ ਬੁਰਤਨ ਲੱਗੇ, ਜਿਸਰ ਬਸੋਂ ਬੰਦੇ ਬੰਦੇ ਸਭ, ਹਾਂਜੀ, ਹਰੇ ਦੀ ਚੰਗੀ ਭਰੀ ਸੀ ਸਾਡੀ। ਤਾਂ ਉੱਥੇ ਆਪਣੇ ਉਹਨੇ ਕਿਹਾ ਵੀ ਹੁਣ ਅਸੀਂ ਕੁਛ ਨਹੀਂ ਕਰਨਾ। ਅੱਛਾ ਜੀ, ਅਸੀਂ ਆਪਣੇ ਖਾਣ ਪੀਣ ਵਾਸਤੇ ਜੋ ਕੁਛ ਹੈ ਚੱਕਣਾ, ਠੀਕ ਹੈ, ਹੋਰ ਕੁਛ ਨਹੀਂ ਅਸੀਂ ਚੱਕ ਸਕਦੇ। ਜਿਹੜੇ ਅੱਛਾ ਬਾਬਾ ਜੀ, ਉਹ ਜਿਹੜੀ ਤੁਸੀਂ ਫੌਜ ਮੰਗਵਾਈ ਸੀ, ਉਹ ਕਿੱਥੋਂ ਮੰਗਵਾਈ ਸੀ, ਕਿੱਧਰ ਸੁਨੇਹਾ ਘੱਲਿਆ ਸੀ? ਉਹ ਸੀਗਾ ਆਪਣੇ ਸ਼ਾਮ ਪਿਆਸੀ ਦੇ ਕੋਲ, ਕਿਸਾਨ ਕਿਸਾਨ ਵੱਜਦਾ ਸੀ, ਉੱਥੇ ਫੌਜ ਜਮ੍ਹਾਂ ਹੁੰਦੀ ਸੀ। ਅੱਛਾ ਅੱਛਾ, ਉੱਥੇ ਤੁਸੀਂ ਸੁਨੇਹਾ ਘੱਲਿਆ ਵੀ ਸੀ? ਸੁਨੇਹਾ ਭੇਜਿਆ ਵੀ ਸਾਨੂੰ ਆਣ ਕੇ ਲੈ ਜਾਓ। ਹਾਂਜੀ, ਬੰਦਾ ਉੱਥੇ ਭੇਜਿਆ ਸੀ ਅਸੀਂ। ਅੱਛਾ, ਠੀਕ ਹੈ। ਉਹ ਫਿਰ ਰਾਤੋਂ ਰਾਤ ਲੈ ਕੇ ਆਇਆ। ਤਾਂ ਜਿਸ ਵੇਲੇ ਤੁਸੀਂ ਪਿੰਡ ਛੱਡਿਆ ਹੈ, ਹਾਂਜੀ, ਫੌਜ ਆ ਗਈ, ਉਹਨਾਂ ਨੇ ਆਖਿਆ ਵੀ ਆ ਜਾਓ ਵੀ ਅਸੀਂ ਗੰਨਾ ਲਾ ਕੇ ਖੜੇ ਹਾਂ? ਕੋਈ ਲਾਗੇ ਨਹੀਂ ਆਇਆ, ਕੋਈ ਲਾਗੇ ਨਹੀਂ ਆਇਆ, ਕੋਈ ਨਹੀਂ ਲਾਗੇ ਆਇਆ। ਉਹਨੇ ਸਟੇਨ ਗਨ ਉੱਤੇ ਲਾ ਦਿੱਤੀ ਆਪਣੇ, ਤੁਹਾਡੇ ਲਾਰੀ ਦਿੱਤੇ ਬੱਸ ਦੇ ਉੱਤੇ, ਠੀਕ ਹੈ, ਹਾਂਜੀ। ਤਾਂ ਉਹਨੇ ਕਿਹਾ ਵੀ ਤੁਹਾਨੂੰ ਕੋਈ ਦਰਖ ਭਾਵ ਨਹੀਂ, ਤੁਸੀਂ ਆਪਣੇ ਚੁੱਪ ਕਰਕੇ ਆ ਜਾਓ।
ਤੁਹਾਡੇ ਪਿੰਡ ਦੇ ਮੁਸਲਮਾਨ ਅਮਨ ਅਮਾਨ ਨਾਲ ਨਿਕਲੇ ਅਮਨ ਅਮਾਨ ਨਿਕਲਿਆ ਸੀ ਔਰ ਰਸਤੇ 'ਚ ਵੀ ਅਸੀਂ ਕੋਈ ਹਾਦਸਾ ਨਹੀਂ ਦੇਖਿਆ ਜਿਸ ਵੇਲੇ ਪਿੰਡ ਛੱਡਿਆ ਤੁਸੀਂ ਹਾਂਜੀ ਉਸ ਵੇਲੇ ਪਿੰਡ ਦੇ ਕੋਈ ਲੋਕ ਤੋਂ ਨਿਕਲੇ ਖੁਦਾ ਹਾਫਜ਼ ਆਖਣ ਵਾਸਤੇ ਅਲਵਿਦਾ ਕਹਿਣ ਵਾਸਤੇ ਉਹ ਨੰਬਰਦਾਰ ਦਾ ਭਾਈ ਸੀਗਾ ਨੰਬਰਦਾਰ ਦਾ ਭਾਈ ਆਇਆ ਭਾਈ ਸੀਗਾ ਅੱਗੇ ਸਾਡੇ ਘਰ ਦੇ ਨਾਲ ਖਾ ਸੀਗਾ ਖਾ ਖੇਤ ਸੀਗਾ ਉਹ ਬਟਨ ਦੇ ਨਾਲ ਖੜਾ ਪ੍ਰਤਾਪ ਸਿੰਘ ਬੜਾ ਸ਼ਰੀਫ ਆਦਮੀ ਸੀ ਬਹੁਤ ਬੇਹੱਦ ਸ਼ਰੀਫ ਆਦਮੀ ਉਹ ਇੱਦਾਂ ਨਹੀਂ ਪਾ ਕੇ ਖੜਾ ਅਤੇ ਉਹ ਸਾਡੀ ਮਾਈ ਨੇ ਕਿਹਾ ਮੈਂ ਵੀ ਹੁਣ ਸਾਡਾ ਅਸਲਾਮ ਵਾਲੇਕਮ ਅਸੀਂ ਚੱਲੇ ਹਾਂ ਤੁਸੀਂ ਵਸਦੇ ਭਲੇ ਅਸੀਂ ਚੱਲਦੇ ਭਲੇ ਉਹ ਕਹਿੰਦਾ ਅਦਾ ਤੁਹਾਨੂੰ ਆਪਣਾ ਮਾਰ ਲੈ ਜਾਵੇ ਹਾਂਜੀ ਸਾਡੀ ਬਸ ਨਹੀਂ ਚੱਲਦਾ ਇਹ ਹੁਣ ਡਿੱਗ ਚੁੱਕਾ ਕੰਮ ਅਸੀਂ ਹੁਣ ਕੀ ਕਰ ਸਕਦੇ ਹਾਂ ਬਾਕੀ ਸਾਡੀ ਇਹ ਦੁਆ ਵੀ ਤੁਹਾਨੂੰ ਅਦਾ ਸਹੀ ਸਲਾਮਤ ਲੈ ਜਾਵੇ ਆਪਣੇ ਮਕਾਨ 'ਤੇ ਹਾਂਜੀ ਅਤੇ ਜਾਓ ਸਭ ਅੱਧਾ ਸਪੋਰਟ ਉਸ ਬੰਦੇ ਨੇ ਇਹ ਦੱਸ ਦੇ ਹਾਂ ਖਾਨਦਾਨੀ ਬੰਦਾ ਹੋਣਾ ਤੁਹਾਨੂੰ ਕੋਈ ਨਹੀਂ ਇੱਥੋਂ ਇੱਥੋਂ ਇੰਨੀ ਜਗ੍ਹਾ ਤੋਂ ਕੋਈ ਨਹੀਂ ਹੱਥ ਲਾ ਸਕਦਾ ਬਾਕੀ ਫੌਜ ਤੁਹਾਡੇ ਨਾਲ ਆ ਹੁਣ ਡਰ ਵੀ ਖਤਰਾ ਕੋਈ ਨਹੀਂ ਠੀਕ ਹੈ ਜੀ ਬਿਠਾ ਲਿਆ ਜੀ ਉਹਨੇ ਲੈ ਕੇ ਕੁਝ ਤਿੰਨ ਕੁ ਮੀਲ ਦਾ ਫਾਸਲਾ ਸੀ ਜਿੱਥੇ ਸਾਡੇ ਕੰਪ ਸੀ ਅੱਛਾ ਜੀ ਹਾਂਜੀ ਕਸਬਾ ਨੰਦਾ ਚੌਰ ਮੁੰਡੀਆਂ ਤੋਂ ਅੱਗੇ ਨੰਦਾ ਚੌਰ ਠੀਕ ਹੈ ਹਾਂਜੀ ਉੱਥੇ ਤਕਰੀਬਨ ਅਸੀਂ ਡੇਢ ਮਹੀਨਾ ਰਹੇ ਹਾਂ ਅੱਛਾ ਜੀ ਉੱਥੇ ਆਪਣੇ ਸਲਾਬ ਵੀ ਆ ਗਿਆ ਪਾਣੀ ਇੰਨਾ ਦੇਰ ਰਸ਼ ਆ ਗਿਆ ਰੋਣ ਲਾ ਪਏ ਬੰਦੇ ਅੱਛਾ ਜੀ ਬੰਦੇ ਵੀ ਰੋਣ ਲਾ ਪਏ ਹਾਂਜੀ ਬਰਤਨ ਰੋਣ ਲਾ ਪਏ ਭਾਂਡੇ ਰੋਣ ਲਾ ਪਏ ਅੱਛਾ ਸਾਡਾ ਕੰਪ ਬਹੁਤ ਜ਼ਬਰਦਸਤ ਕੰਪ ਸੀ ਅੱਛਾ ਜੀ ਤਕਰੀਬਨ ਦੋ ਢਾਈਆਂ ਕਨਾਲਾਂ ਦੇ ਵਿੱਚ ਸੀਗਾ ਅੱਛਾ ਅਸੀਂ ਡੇਢ ਕੁ ਮਹੀਨਾ ਰਹੇ ਹਾਂ ਡੇਢ ਮਹੀਨਾ ਬਾਬਾ ਜੀ ਉੱਥੇ ਖਾਣ ਪੀਣ ਨੂੰ ਮਿਲਦਾ ਰਿਹਾ ਮਿਲਦਾ ਰਿਹਾ ਜੀ ਜਿਹੜਾ ਕੋਰਸ ਆ ਹੋਗਾ ਉਹ ਫਿਰ ਖਾਣ ਪੀਣ ਨੂੰ ਵੀ ਉੱਥੇ ਕੁਛ ਮਿਲਦਾ ਸੀ ਜਿਹੜੇ ਸਾਡੇ ਕੋਲ ਲੇਬਰ ਸੀਗੇ ਉਹ ਕਹਿੰਦੇ ਸੀ ਵੀ ਡੰਡਾ ਨਹੀਂ ਲੈਣ ਦਿੰਦੇ ਨਾਲ ਆ ਸੋਟੀ ਨਹੀਂ ਜਾਣ ਦਿੰਦੇ ਨਾਲ ਕੋਈ ਸ਼ਾਇਦ ਨਹੀਂ ਜਾਣ ਦਿੰਦੇ ਇਹ ਡਰ ਪਾ ਦਿੱਤਾ ਅਤੇ ਸਾਡੀ ਮਾਈ ਨੇ ਉਹ ਬੱਚਿਆਂ ਦੇ ਇਹਨਾਂ ਗੇੜਾ ਵਾਰਾ 'ਚ ਉਹ ਲੇਬਰ ਸੀ ਦਿੱਤਾ ਸੀ ਦਿੱਤਾ ਬੱਚਿਆਂ ਦੇ ਕੁੜਤਿਆਂ 'ਚ ਬਚ ਕੇ ਚਲੇ ਜਾਣਗੇ ਅਤੇ ਬੱਚਿਆਂ ਨੂੰ ਕਹਿੰਦੇ ਹਾਂ ਉਹ ਦੋ ਤਿੰਨ ਕਮੀਜ਼ਾਂ ਉੱਥੇ ਰਹਿ ਗਏ ਅੱਛਾ ਚੰਗੀਆਂ ਰਹਿ ਗਈਆਂ ਹਾਂਜੀ ਉਹ ਜਿੰਨੇ ਜਿੰਨਾ ਅਸੀਂ ਗਏ ਹਾਂ ਕੰਪ ਦੇ ਵਿੱਚ ਅਤੇ ਜਾ ਕੇ ਉਹ ਸਾਡੇ ਵਾਲਾ ਸਾਹਿਬ ਨੇ ਕਿਹਾ ਅਤੇ ਹਾਂ ਸਰਦਾਰਾਂ ਕੋਈ ਹੈ ਕੋਈ ਦਿਓ ਕੋਈ ਅਸੀਂ ਭੋਜਨ ਦੰਗ ਪਾਣੀ ਲੈ ਗਏ ਓਹੋ ਮਾਈ ਸਾਡੇ ਕਹਿੰਦੇ ਅੱਛਾ ਹਰਸ਼ ਰਹਿ ਗਈ ਉੱਥੇ ਹੀ ਸੈਨੀ ਤਾਂ ਪਾਈਆ ਭਾਈਆ ਸਾਦੇ ਹੁੰਦੇ ਸੀ ਸੈਨੀ ਤਾਂ ਪਾਈਆ ਉੱਥੇ ਰਹਿ ਗਏ ਬੱਚਿਆਂ ਦਾ ਕੱਪੜੇ ਉੱਥੇ ਰਹਿ ਗਏ ਉਹਨਾਂ ਦੇ ਸੀਤੇ ਸੀ ਉੱਥੇ ਦਾ ਪਾਲਾ ਹੋ ਜਾਇਆ ਮਾਂ ਸੁੱਤਿਆ ਸਾਨੂੰ ਹੁਣ ਅਸੀਂ ਕੀ ਕਰੀਏ ਮੇਰਾ ਵੱਡਾ ਭਾਈ ਸੀ ਸ਼ਾਦੀ ਉਹ ਜੀਦਾਰ ਸੀ ਬੰਦਾ ਠੀਕ ਹੈ ਤਾਂ ਮਰਦਾ ਜੀ ਪਾਲਾ ਬਹੁਤਾ ਡਰਦਾ ਨਹੀਂ ਸੀ ਹੁੰਦਾ ਇੱਕੋ ਕਸਾਈਆਂ ਦਾ ਮੁੰਡਾ ਸੀ ਉਹ ਦੋਸਤ ਸਾਡਾ ਬੜਾ ਪੱਕਾ ਦੋਸਤ ਸੀ ਉਹ ਕਹਿੰਦਾ ਵੀ ਕੱਚਾ ਕਿੱਦਾਂ ਬੈਠੇ ਹਾਂ ਯਾਰ ਪੁੱਤ ਕੀ ਦੱਸੀਏ ਅਸੀਂ ਜੋ ਕੁਛ ਵੀ ਸੀ ਉੱਥੇ ਰਹਿ ਗਿਆ ਕਿੱਦਾਂ ਬੱਚਿਆਂ ਦੇ ਕੱਪੜਿਆਂ ਦੇ ਜਿਹੜਾ ਸੀਤਾ ਸੀ ਉੱਥੇ ਕਹਿੰਦੇ ਭੁੱਲੇ ਉਸ ਕੈਂਪ ਵਾਲੀ ਜਗ੍ਹਾ 'ਤੇ ਕਾਤੀ ਤੇਰੀ ਉੱਥੇ ਭੁੱਲੇ ਇਹ ਗੱਲਾਂ ਕਿੱਥੇ ਬਹਿ ਕੇ ਹੁੰਦੀਆਂ ਪਈਆਂ ਸੀ ਹਾਂਜੀ ਇਹ ਜਿਹੀਆਂ ਗੱਲਾਂ ਹੁੰਦੀਆਂ ਪਈਆਂ ਸੀ ਇਹ ਕੰਪ ਦੇ ਵਿੱਚ ਇਹ ਕੰਪ ਦੇ ਵਿੱਚ ਕਿਹੜੇ ਕੰਪ 'ਚ ਜਿੱਥੇ ਸਾਡਾ ਕੰਪ ਲੱਗਾ ਸੀ ਨਹੀਂ ਉਸ ਜਿਹੜਾ ਕੁੜਤੇ ਸੀ ਜਿਹਨੇ ਸੋਨਾ ਸੀਤਾ ਸੀ ਜ਼ੇਵਰ ਉਹ ਤਾਂ ਘਰੇ ਰਹਿ ਗਏ ਅੱਛਾ ਉਹ ਘਰੇ ਰਹਿ ਗਏ ਉਹ ਘਰੇ ਰਹਿ ਗਏ ਕੀਜੀਆਂ ਨਾਲ ਟੰਗੇ ਰਹਿ ਗਏ ਅੱਛਾ ਅੱਛਾ ਉਹ ਕਾਬਲ ਸਿੰਘ ਸਾਡਾ ਗੁਆਂਢੀ ਸੀ ਕੁਛ ਥੋੜ੍ਹਾ ਜਿਹਾ ਮਿੰਟਨ ਵੀ ਸੀਗਾ ਤਾਂ ਕੁਛ ਚੰਗਾ ਵੀ ਸੀਗਾ ਹਾਂਜੀ ਉਹਨੇ ਫਟਾਫਟ ਰੋਕਣ ਦੀ ਖਾਤਰ ਅਤੇ ਜਗ੍ਹਾ ਨਾਲ ਰੋਕ ਲਵਾਂ ਪਸ਼ੂ ਅੰਦਰ ਲਿਆ ਕੇ ਬਾਹਰ ਦਿੱਤੇ ਸਾਡੇ ਘਰ ਹਾਂਜੀ ਸਾਡੇ ਜਾਨੀ ਕਬਜ਼ਾ ਕੀਤਾ ਉਹ ਕੱਪੜੇ ਲਾ ਕੇ ਉਹਨੇ ਨਹੀਂ ਦੇਖੇ
करिए यार आप चलते चलते शादी भाई मेरा कहता मैं जरूर जाना कोई जाए तो ना जाए अस तो भुखे मर जावे सारे जी पैसा साढ़े को कोई भी तरख मैं चलता फिर यार वह भी मुझे जीता तड़के दो में चल गए अच्छा तड़के जाके अगे से खड़ा चाचा हाँ शादी की करा तुम ऐसे चाचा लिया थल गए पाले के ना चगे उन्होंने इतने चंगे रह गए वो कहता मैं ला के उस चेत सीटे वो मैं उसे चेत सीटे क्या तेरा भला हो चंगे देखे वो तो दो दिन तेरे चंगे से लप है उन्होंने लग रहा डब देखे उन्हें क्या आया ना दे चाचा अच्छा कहता शहर जाओ दोनों लप नहीं बाहर जाएंगे तो फिर थोड़े लग के आने तब मैं थोड़े ना चलता वो नाल गया एक किन्ने गल की कावर सिंह ने अच्छा तो मैं थोड़े ना जाता तो मजार गया थोड़े को सामने आ जाए वो भरा जे मारखुंड से कावर सिंह के भरा जे ना वो मारखुंड से बंदे वो फिर अगर छड़ के गया इन्हों हाँ वो फिर छड़ के गया तकरीबन इन्नी दूर तो कैंप तो 10-15 कर पिछे आप खड़ा हो गया भी आओ थोड़ा कैंप पे आ कैंप पे वाह जी वाह नौ बजे जाओ वाह जी वाह एक खानदानी बंदे बाबा जी उस दौर च भी खानदानी से क्या बात है तेरे चंगे और भी तारीफ हो जाती है बिल्कुल बिल्कुल करनी चाहिए है करनी है ये रब की गवाही होती है जी बथेरा उन्होंने कहा तो चाचा आ जा गां तेरे कोई नहीं कोई आ जा पानी तान पी के फिर जाए कहता नहीं बस अच्छा और चले गया जी बाजी से ਸਾਡੇ ਦੀ ਜਾਨੇ ਰੂਹ ਫਤਾਵੀ ਹੋ ਗਈ ਵਾਹ ਤੇ ਚਲੋ ਹੁਣ ਸਾਡੇ ਕੋਲ ਆ ਗਿਆ ਸੋਨਾ ਲੱਭ ਗਿਆ ਆਉਣਗੇ ਹਾਂ ਬਾਕੀ ਅਸੀਂ ਵੀ ਖਾਦੇ ਉਹ ਥੋੜ੍ਹੇ ਜਿਹੇ ਸਾਡੇ ਇੱਕ ਤਾਇਆ ਸੀ ਉਹਦੇ ਘਰ ਥੋੜ੍ਹੇ ਜਿਹੇ ਗਰੀਬ ਵੀ ਸੀ ਕੁਛ ਉਹਨੂੰ ਮੇਰੇ ਵਾਲ ਸਾਹਮਣੇ ਦਿੱਤੇ ਹਾਂ ਨਾ ਤੂੰ ਮੈਂ ਤੇ ਇੱਦਾਂ ਕਰ ਕਰਾ ਕੇ ਜਾਨੀ ਅਸੀਂ ਪਹੁੰਚ ਗਏ ਅੰਨ ਪਾਣੀ ਮਿਲ ਜਾਂਦਾ ਹੁੰਦਾ ਸੀ ਰਾਸ਼ਨ ਪਾਣੀ ਥੋੜ੍ਹਾ ਜਿਹਾ ਰਾਸ਼ਨ ਪਾਣੀ ਮਿਲ ਜਾਂਦਾ ਹੁੰਦਾ ਜਾਂਦਾ ਹੁੰਦਾ ਸੀ ਕਦੇ ਕਦੇ ਤਾਂ ਕਿਸੇ ਦੇ ਆਪਣੇ ਆਪ ਦਾ ਹੋਣਾ ਅੱਛਾ ਬਾਬਾ ਜੀ ਉੱਥੇ ਉਸ ਕੈਂਪ 'ਚ ਕਿੰਨੇ ਦਿਹਾੜੇ ਬੈਠੇ ਰਹੇ ਤੁਸੀਂ ਉਸ ਕੈਂਪ ਦੇ ਵਿੱਚ ਡੇਢ ਮਹੀਨਾ ਡੇਢ ਮਹੀਨਾ ਹਾਂਜੀ ਉੱਥੋਂ ਫਿਰ ਚੁੱਕਿਆ ਕੈਂਪ ਤਾਂ ਫਿਰ ਗੱਡੀ ਆਈ ਫਿਰ ਅਸੀਂ ਉੱਥੋਂ ਕਿੱਧਰ ਗਏ ਉਹ ਡੇਢ ਮਹੀਨਾ ਉੱਥੇ ਰਹੇ ਅਤੇ ਉਸ ਤੋਂ ਬਾਅਦ ਕਿੱਧਰ ਗਏ ਫਿਰ ਆਦਮਪੁਰ 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 ਗਏ ਆਦਮਪੁਰ ਵਿੱਚ ਗੱਡੀ ਬੈਠ ਕੇ ਨਾ ਆਦਮਪੁਰ ਵਿੱਚ ਵੀ ਜਾਂਦੇ ਸੀ ਹਾਂਜੀ ਤਾਂ ਉਹ ਫਿਰ ਸਾਨੂੰ ਸਿੱਧੀ ਦਾ ਹਾਂਜੀ ਬਾਘਾ ਸਟੇਸ਼ਨ ਨੂੰ ਅੱਛਾ ਆਦਮਪੁਰ ਗਏ ਉੱਥੇ ਸਟੇਸ਼ਨ ਸੀ ਹਾਂਜੀ ਉਹ ਵੀ ਸਟੇਸ਼ਨ ਸੀ ਪਿੰਡ ਦਾ ਨਾਂ ਕਛਾਰ ਵੱਜਦਾ ਸੀ ਹਾਂਜੀ ਤਾਂ ਨਾਲ ਤਰੇ ਆਦਮਪੁਰ ਸੀ ਠੀਕ ਹੈ ਉੱਥੋਂ ਤੁਸੀਂ ਗੱਡੀ ਬਹਿ ਗਏ ਉੱਥੇ ਇਹ ਸ਼ਾਮ ਪ੍ਰਵਾਸੀ ਦਾ ਸਟੇਸ਼ਨ ਵੱਜਦਾ ਸੀ ਜਿੱਥੋਂ ਬੈਠੇ ਹਾਂ ਉਹ ਆਦਮਪੁਰ ਸੀ ਅਗਦਾ ਹਾਂਜੀ ਉਹ ਸਟੇਸ਼ਨ ਆਦਮਪੁਰ ਉਸ ਤੋਂ ਫਿਰ ਜਾਨੀ ਗਾਂ ਗੱਡੀ ਲੈ ਗਈ ਨਾਲ ਰਾਣੇ ਦਾ ਕਾ ਹਰੀ ਪ੍ਰਿਆ ਸੀਗਾ ਹਿਸਾਬ ਕਿਤਾਬ ਰਿਆਣੇ ਵਾਲੇ ਵੀ ਉਸੇ ਗੱਡੀ ਸੀ ਹਾਂਜੀ ਰਿਆਣੇ ਵਾਲੇ ਹਾਂਜੀ ਰਿਆਣੇ ਦੇ ਜਿਹੜੇ ਰਾਜਪੂਤ ਸੀ ਉਹ ਵੀ ਉਹ ਇਸੇ ਗੱਡੀ 'ਚ ਆਏ ਸੀ ਉਹ ਵੀ ਇਸੇ ਗੱਡੀ ਸੀਗੇ ਅੱਛਾ ਬਲਤਾ ਮਲਸਤਾ ਸੀਗਾ ਮਲਸਤੀ ਕੌਮ ਸੀਗੀ ਹਾਂਜੀ ਉਹਨਾਂ ਦਾ ਡਰ ਸੀਗਾ ਹੋਰ ਕੋਈ ਨਹੀਂ ਜਿਹੜੀ ਬਲੋਚ ਕੌਮ ਸੀ ਨਾ ਉਹ ਤਾਂ ਆਪਣੇ ਮੁਸਲਮਾਨਾਂ ਦੇ ਨਾਲ ਜਾਂਦੇ ਤਾਮਿਲ ਕਰਨ ਵਾਲੇ ਸੀ ਬਲੋਚ ਰੈਜੀਮੈਂਟ ਜਿਹੜੀ ਜਿਹੜੀ ਮਲਸਤਾ ਸੀ ਨਾ ਇਹ ਗੈਰ ਕੌਮ ਸੀ ਅੱਛਾ ਇਹ ਦੱਸੋ ਵੀ ਉਸ ਕੈਂਪ ਦੇ ਵਿੱਚ ਹਿਫਾਜ਼ਤ ਤੁਹਾਡੀ ਅਤੇ ਫੌਜ ਹੈ ਸੀ ਜਿਹੜੇ ਕੈਂਪ 'ਚ ਤੁਸੀਂ ਡੇਢ ਮਹੀਨਾ ਰਹੇ ਹੋ ਹਾਂਜੀ ਉੱਥੇ ਤੁਹਾਡੀ ਹਿਫਾਜ਼ਤ ਕੌਣ ਕਰਦਾ ਸੀ ਫਾਜ਼ਲ ਉਹ ਤੇ ਸਾਡੀ ਕਿਨ ਕਰਨੀ ਸੀ ਬਸ ਅੱਲਾ ਤੋਕਲ ਆਪਣੇ ਆਪ ਦੇ ਆਵਾਜ਼
फिर उथों तुसी किवें गुजारा कीता डेढ़ महीना? अपना गुजारा इस तरह होया जी, जिदा भी कुछ होया मिलता रहा थोड़ा बहुत। हाँ जी, अपने कुछ थोड़े जे टिब्बा से उस गया, कुछ उतने बंदे जा रहे थे। हाँ जी, इस तरह करके यानी वक्त पास करते रहे जिस तरह भी होया। उस जगह का नाम कोल दाने भुन के जिदा पनीरी होंगी है ना, वह डब्बा इदा भरया होया वक्त वक्त दे ते कट के वह खा लेना। उस जगह का नाम की जिथे कैंप लगा सी? नंदा चौर, कस्बा नंदा चौर। नंदा चौर, नंदा चौर है, नंदा चौर, नंदा चौर हिंदू हिंदू का। ठीक है, ठीक है। अच्छा बाबा जी, फिर ट्रेन च बह गए तुसी? हाँ जी, फिर सानू उन्हें बागे स्टेशन पे लाहौर दे कोल ले आंदा, ले आंदा राज बागे पे आए स्टेशन पे। उन्हें कहा भी लाहौर तुसी पहुंच गए, फिर नारा बजना शुरू कर दिता। असं क्या शुक्रबार गए, नारे बजने शुरू हो गए। हाँ जी, असं पहुँच तक गए। हाँ, जान बचन की बड़ी खुशी सी। अगे थे सीगा बड़ बढ़ांगे वाला काम, कारण थे पानी नहीं थे पीना किसी ने भी, खूह के बिच सुचे मार के। हाँ जी, तो उदा भी स्टेशन पर कई मारे पाए। कि जगह? स्टेशन पर लाहौर आए स्टेशन पर। अच्छा। हाँ जी, बाकी असं किसी के कोल नहीं खड़े हुए, असं सीधे उतर के अपने फिर लाहौरों गंडी बैठ के अपने उकाड़े नू आ गए। उकाड़े क्यों आए सी, इनकी वजह सी? उकाड़े नू फिर आना सी असं, तुहानू किसी ने साडा चाचा रहिंदा सी तां जिथे 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 किसी दा लग लपेड़ है सी उत्थे गई दुनिया। इत्थे साडा चाचा शुरू तो रहिंदा सी, शुरू तो जंगपुर, जंगपुर जंगपुर 38 GD फौजियां का चक से बाजी सिखां दा चक। अच्छा, कोई सूबेदार तो कोई मेजर तो कोई दर्जी नाइट, वो केड़ा चक सी? जमादार कोई कोई ए केड़े चक दी गल कर रहे हो? जंगपुर दी। अच्छा, जंगपुर भी फौजियां दा चक सी? फौजियां चक सी 38 GD। हां, 38 GD चक नंबर। हां, ते इत्थे दे ओ आण के आ फिर ओ साडे चाचे ने भी पता लगा थी आ गए, उस हाथा नर गया सानू उस हाथे से आ गए। साडा फिर काम नहीं लगा, तो असं कहड़ा काम करते, जाना सोल सी गया ना, कोई मिट्टी झगड़े वाला काम कर जान दे सी ना, कोई उदा कार पीले वाला काम कर, तो सोल तो बंदे से सोल बंदे सी सोल, बाकी नहीं किसे अखी उकाड़े आना पे सानू, असं क्या पेड़ साडा चंगा पला मरीज उकाड़ा सिखी सारी साडे वाला साहब मरीज सी, गुरुद्वारे विच कम करते रहे वाला साहब। गुरुद्वारे विच भी? गुरुद्वारे विच भी। उस गुरुद्वारे विच की कम करते सी? पाठ करते, ग्रंथ साहब दा पाठ। ग्रंथ साहब दा पाठ किथे करते सी, केड़े गुरुद्वारे विच? गुरुद्वारे जेड़ा भी गुरुद्वारा आना। अच्छा, तुहाडे वाला साहब जेड़े ने एक ग्रंथ साहब दे पाठ करन भी इहदियां दियां स्टोरियां करदे हुंदे सी। अच्छा, इहदियां स्टोरियां करदे हुंदे सी, सानूं तो उस कम दी हवा वी नहीं, जिद्दां इह करदे हुंदे सी। ਬਾਕੀ ਉਹਨਾਂ ਦੇ ਘਰ ਦੀਆਂ ਗੱਲਾਂ ਸੁਣਨੀਆਂ। ਹਾਂਜੀ, ਠੀਕ ਹੈ। ਗ੍ਰੰਥ ਸਾਹਿਬ ਕੋਈ ਤੁਹਾਨੂੰ ਵੀ ਆਉਂਦੀ ਥੋੜ੍ਹੀ ਬਹੁਤ? ਨਹੀਂ, ਸਾਨੂੰ ਨਹੀਂ ਆਉਂਦੀ। ਤੁਹਾਨੂੰ ਨਹੀਂ ਆਉਂਦੀ? ਉਹ ਉਲਾ ਇਹਦਾ ਪੜਿਆ? ਹਾਂ, ਸਿਰਫ ਉਲਾ ਇਹਦਾ। ਅੱਛਾ, ਤੇ ਇਹਦਾ ਇਹਦੀ ਸੱਸਾ ਕੱਕਾ ਕੱਕਾ ਗੱਗਾ ਕੱਗਾ ਗੰਗਾ ਚਿੱਚਾ ਚਿੱਚਾ ਦਿੱਦਾ ਚਿੱਦਾ ਨਿੰਨਾ ਤੈਂ ਕਹਿ ਸੱਟਾ ਡੱਡਾ ਚੱਡਾ ਨੰਨਾ ਪੱਪਾ ਪੱਪਾ ਬੱਬਾ ਪੱਬਾ ਮੰਮਾ ਇਹ ਗਿਆ ਰਾ ਰਾ ਲਾ ਬਾ ਰਾ ਰਾ ਵਾਹ ਇਹ ਯਾਦ ਕੀਤੀ ਇਹ 33 ਯਾਦ ਕੀਤੀ ਵਾਹ ਜੀ ਵਾਹ ਵਾਹ ਜਦੋਂ ਵੱਡਾ ਜਿਹਾ ਸੀ ਉਹ ਪੜ੍ਹ ਲੈਂਦਾ ਸੀ
ਅੱਛਾ ਇਹ ਤੁਹਾਡੇ ਵਾਲਦ ਸਾਹਿਬ ਇਹ ਬੜੀ ਵੱਡੀ ਗੱਲ ਹੈ ਵੀ ਇਹ ਗ੍ਰੰਥ ਸਾਹਿਬ ਦਾ ਪਾਠ ਵੀ ਕਰਦੇ ਹੁੰਦੇ ਸੀ ਗੁਰਦੁਆਰਿਆਂ ਸੋਹਣਾ ਕਰਦਾ ਹੈ ਸੋਹਣਾ ਕਰਦੇ ਹੁੰਦੇ ਸੀ ਸਿੱਖੀ ਫਿਰ ਉਹਨਾਂ ਨੂੰ ਮੰਨਦੀ ਸੀ ਸਿੱਖੀ ਮੰਨਦੀ ਸੀ ਸਾਰੇ ਤਾਂ ਕਿ ਅਸੀਂ ਇੱਕ ਦੋ ਵਾਰੀ ਸਾਨੂੰ ਨਾਲ ਲੈ ਕੇ ਵੀ ਗਏ ਤਾਂ ਅਸੀਂ ਦੇਖਣਾ ਉਹਨੇ ਹੱਥ ਕੁਝ ਨਹੀਂ ਹੱਥ ਲਾਉਣਾ ਆ ਗਿਆ ਮਹਾਰਾਜ ਜੀ ਆ ਗਏ ਅੱਛਾ ਦੁੱਧਾਂ ਦੇ ਘਰ ਦੇ ਆ ਰਹੇ ਆ ਰਸਤਾਂ ਆ ਰਹੀਆਂ ਖਾਣੇ ਦੇ ਸਾਰੇ ਚੀਜ਼ਾਂ ਸਾਰੀਆਂ ਆ ਰਹੀਆਂ ਬੜੇ ਸ਼ੌਕ ਬੜੇ ਅਦਬ ਦੇ ਨਾਲ ਬਣਾਉਂਦੇ ਹੁੰਦੇ ਸੀ ਬਹੁਤ ਇਹ ਲੋਕ ਆਪਣੇ ਅਖੰਡ ਪਾਠ ਕਰਦੇ ਹੁੰਦੇ ਸੀ ਹਾਂਜੀ ਅੱਛਾ ਅਖੰਡ ਪਾਠ ਵੀ ਕਰਨਾ ਹਾਂਜੀ ਅਖੰਡ ਪਾਠ ਕਰਨਾ ਸਹੀ ਲੋਕਾਂ ਦਾ ਬੜਾ ਅੱਛਾ ਰਵੱਈਆ ਹੁੰਦਾ ਸੀ ਇਹ ਤਾਂ ਆਹ ਪਾਠ ਵਿਸ਼ਵ ਬਦਲਣ ਦੇ ਨਾਲ ਇਹਨਾਂ ਦੇ ਖਿਆਲਾਤ ਬਦਲ ਗਏ ਇਹਨਾਂ ਦੇ ਦਿਮਾਗ ਬਦਲ ਗਏ ਹਾਂਜੀ ਅਤੇ ਇਹ ਹੁਣ ਮੁਸਲਮਾਨ ਇੱਧਰੋਂ ਸ਼ੁਰੂ ਹੋ ਗਏ ਉਹ ਉੱਧਰੋਂ ਸ਼ੁਰੂ ਹੋ ਗਏ ਇੱਧਰ ਮੁਸਲਮਾਨ ਨੇ ਵੀ ਘੱਟ ਨਹੀਂ ਕੀਤੀ ਇਹਨਾਂ ਦੇ ਨਾਲ ਬੜ ਬਡਾਂਗਾ ਬੜਾ ਸੋਹਣਾ ਕੀਤਾ ਮੁਸਲਮਾਨਾਂ ਨੇ ਉੱਧਰੋਂ ਫਿਰ ਉਹ ਵੀ ਕਰਨਾ ਸ਼ੁਰੂ ਹੋ ਗਿਆ ਇਸ ਪ੍ਰਕਾਰ ਇੱਕ ਦੂਸਰੇ ਨਾਲ ਤਨਾਜ਼ਾਬਾਜ਼ੀ ਹੋ ਗਏ ਅਤੇ ਹੁਣ ਅੱਲਾਹ ਦੀ ਦੇਰ ਬਣੀ ਪਾਕਿਸਤਾਨ ਅੱਲਾਹ ਕਾਇਮ ਦਾਇਮ ਰੱਖੇ ਆਪਣੇ ਆਮੀਨ ਆਮੀਨ ਤੁਹਾਡੀ ਸਾਡੀ ਵੀ ਜ਼ਿੰਦਗੀ ਹੈ ਥੋੜ੍ਹੀ ਬਹੁਤ ਬਿਲਕੁਲ ਗੁਜ਼ਾਰ ਦੇ ਅਤੇ ਬਾਬਾ ਜੀ ਕਦੇ ਆਪਣਾ ਪਿੰਡ ਯਾਦ ਆਇਆ ਪਿੰਡ ਵੀ ਯਾਦ ਆਉਂਦਾ ਦੇਖਣ ਦੀ ਤੂੰ ਕਰਦਾ ਪਰ ਹੁਣ ਪੇਸ਼ ਨਹੀਂ ਜਾਂਦੀ ਕੋਈ ਪੇਸ਼ ਨਹੀਂ ਜਾਂਦੀ ਸੁਫਨਾ ਆਇਆ ਸੁਫਨਾ ਆਉਂਦਾ ਕਦੇ ਆਪਣੇ ਪਿੰਡ ਦਾ ਨਾ ਕਦੇ ਵੀ ਨਹੀਂ ਆਇਆ ਦਰਅਸਲ ਮੇਰੇ ਜਿਹੜੇ ਜੀ ਮਰੇ ਆ ਮੇਰੇ ਜੀ ਮਰੇ ਆ ਮੈਨੂੰ ਉਹਨਾਂ ਦਾ ਹੁਣ ਸਾਡਾ ਕਦੇ ਸੁਫਨਾ ਨਹੀਂ ਆਇਆ ਮੈਂ ਪੜ੍ਹਾਈ ਬਹੁਤ ਕਰਦਾ ਮੀਆਂ ਜੀ ਅੱਛਾ ਭਾਜੀ ਇਹਦੇ ਵਿੱਚ ਗਲਤ ਨਹੀਂ ਤੋਬਾ ਮੇਰੀ ਤੋਬਾ ਨਾ ਕੋਈ ਆਪਣੀ ਤਰੀਫ ਆ ਮੈਂ ਪੜ੍ਹਾਈ 2 ਵਜੇ ਤੋਂ 2:30 ਵਜੇ ਤੋਂ ਮੈਂ ਪੜ੍ਹਾਈ ਸ਼ੁਰੂ ਕਰਨੀ ਆ ਤੜਕੇ ਵਾਹ ਹਾਂਜੀ ਨਮਾਜ਼ ਦਿਨੇ ਤੱਕ ਟਾਈਮ ਨਹੀਂ ਹੁੰਦਾ ਉਹਨਾਂ ਚਿਰ ਮੈਂ ਉਹ ਕੁਰਾਨ ਸ਼ਰੀਫ ਖੋਲ੍ਹੇ ਰੱਖਣਾ ਵਾਹ ਜੀ ਵਾਹ ਹਾਂਜੀ ਬਾਅਦ 'ਚ ਬਾਬਾ ਜੀ ਫਿਰ ਉਕਾੜੇ ਆ ਕੇ ਤੁਸੀਂ ਬਿਰਲਾ ਮੇਲ 'ਚ ਭਰਤੀ ਵੀ ਹੋ ਗਏ ਹਾਂਜੀ ਇੱਥੇ ਆ ਕੇ ਵੀ ਗਾਉਣ ਵਜਾਉਣ ਦਾ ਕੰਮ ਕੀਤਾ ਅਤੇ ਸਾਰਾ ਨਹੀਂ ਫਿਰ ਨਹੀਂ ਕੀਤਾ ਨਹੀਂ ਕੀਤਾ ਸਿਰਫ ਉਹਨਾਂ ਡਰਾਮਾ ਕੀਤਾ ਤਾਂ ਉਹ ਫਿਰ ਆਇਆ ਨੱਥਾ ਲੈਣ ਸਾਨੂੰ ਅਸੀਂ ਕਿਹਾ ਸੀ ਅੱਛਾ ਨੱਥਾ ਤੁਹਾਨੂੰ ਲੈਣ ਵੀ ਆਇਆ ਸੀ ਲੈਣ ਆਇਆ ਜੀ ਇੱਥੇ ਪਾਕਿਸਤਾਨ 'ਚ ਗਾਜ਼ੀਆਬਾਦ ਫਿਰ ਤੁਹਾਡੇ ਕੋਲ ਕਿੰਨੇ ਦਿਨ ਰਿਹਾ ਉਹ ਰਿਹਾ ਨੇ ਬਸ ਆਇਆ ਹੀ ਸੀਗਾ ਸਾਨੂੰ ਲੈਣ ਵਾਸਤੇ ਸਾਡੇ ਵਾਸਤੇ ਸਾਡੇ ਕਹਿੰਦੇ ਭਾਈ ਬਸ ਅਸੀਂ ਉੱਥੇ ਨਹੀਂ ਜਾ ਹੁੰਦਾ ਅਸੀਂ ਹੁਣ ਨਹੀਂ ਕੰਮ ਕਰਨਾ ਹਾਂ ਡਰ ਵੀ ਲੱਗਦਾ ਸੀ ਵੀ ਉੱਥੇ ਵੀ ਜਾ ਕੇ ਕੰਮ ਕਰਦੇ ਆਪਣਾ ਆਪਣਾ ਹਾਂਜੀ ਤਾਂ ਥੋੜ੍ਹੇ ਬਹੁਤ ਸ਼ੁਰੂ ਹੋ ਗਏ ਅਤੇ ਕਾਹਨੂੰ ਹੁਣ ਇਸ ਭੋਜੀ ਭੋਜੀ ਬਹਿਣਾ ਅਤੇ ਕਿਤੇ ਮਿਲ ਗਿਆ ਕੰਮ ਕਿਤੇ ਨਾ ਮਿਲ ਗਿਆ ਤਾਂ ਨਾ ਹੁਣ ਇੱਦਾਂ ਗੁਜ਼ਾਰਾ ਨਹੀਂ ਹੁੰਦਾ ਠੀਕ ਹੈ ਠੀਕ ਹੈ ਅਤੇ ਹੁਣ ਠੀਕ ਹੈ ਇੱਧਰ ਇਹ ਕੰਮ ਕਰੀਏ ਕਦੇ ਆਪਣੇ ਪਿੰਡ ਖਤ ਪੱਤਰ ਲਿਖਿਆ ਕਿ ਨਹੀਂ ਨਾ ਅੱਛਾ ਅਸੀਂ ਫਿਰ ਵੀ ਜ਼ਬਾਨ ਅਸੀਂ ਖਤ ਪੱਤਰ ਲਿਖ ਕੇ ਕਰਨਾ ਜਾਂ ਛੱਡੇ ਗ੍ਰਾਂ ਤਾਂ ਕੀ ਡਰ ਨਾ ਉਹ ਹਾਂਜੀ ਠੀਕ ਹੈ ਲਓ ਜੀ ਬਾਬਾ ਜੀ ਬੜੀਆਂ ਚੰਗੀਆਂ ਲੱਗੀਆਂ ਤੁਹਾਡੀ ਗੱਲਾਂ ਸਾਨੂੰ ਅਤੇ ਬੜੀਆਂ ਤੁਸੀਂ ਸਾਨੂੰ ਜਾਣਕਾਰੀ ਵੀ ਦਿੱਤੀ ਅਤੇ ਅੱਗੇ ਕਦੇ ਫਿਰ ਮੌਕਾ ਮਿਲਿਆ ਤਾਂ ਅਸੀਂ ਫਿਰ ਵੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਅੱਲਾਹ ਤੁਹਾਨੂੰ ਸੇਖੇ ਤੁਹਾਡੀ ਅੱਲਾਹ ਖੈਰ ਕਰੇ ਆਮੀਨ ਅੱਲਾਹ ਤੁਹਾਨੂੰ ਸੇਖੇ ਆਮੀਨ ਜਿਉਂਦੇ ਵਸਦੇ ਰਹੋ ਜੀ